ਬਈ ਅੱਜ 24 ਦਸੰਬਰ ਸਵੇਰ ਦਾ ਟਾਈਮ ਆ, 5-6 ਵਜੇ ਹੋਣਗੇ। ਅਸੀਂ ਟਾਈਮ ਨਹੀਂ ਦੇਖਿਆ ਕਿਉਂਕਿ ਅਸੀਂ ਲੇਟ ਆ, ਅਤੇ ਫੁੱਲ ਤਿਆਰੀ ਆ, ਦੋਨੋਂ ਬਾਈਕਸ ਰੈਡੀ ਆ, ਟੋਪ ਬਾਕਸ ਲੱਗ ਚੁੱਕੇ ਆ, ਟੈਂਕ ਬੈਗ ਲੱਗ ਚੁੱਕੇ ਆ, ਇੱਧਰ ਸੈਡਲ ਬੈਗਸ ਲੱਗ ਚੁੱਕੇ ਆ, ਜਰਜੀ ਰੋਸਟਰ, ਅਤੇ ਸਵਾਰੀਆਂ ਆਪਣੀਆਂ ਸਵਾਰੀਆਂ। ਅਤੇ ਹੁਣ ਆਪਾਂ ਪਹਿਲਾਂ ਗੁਰੂ ਘਰ ਚੱਲਦੇ ਹਾਂ, 12ਵੀਂ ਮੱਥਾ ਟੇਕਦੇ ਹਾਂ, ਨਹਾਤੇ ਧੋਤੇ ਤਾਂ ਹੈ ਨਹੀਂ ਗਏ, 12ਵੇਂ ਮੱਥਾ ਟੇਕ ਕੇ। ਕਿਉਂਕਿ ਜਿਹੜੀ ਗੱਲ ਸੱਚ ਤਾਂ ਸੱਚ, ਤੂੰ ਤਾਂ ਐਂ ਕਰਦਾ ਜਿਵੇਂ ਨਹਾ ਕੇ ਆਇਆ ਉਵੇਂ। ਅਤੇ ਮੱਥਾ ਟੇਕ ਕੇ 12ਵੀਂ, ਕੱਲ੍ਹ ਨਹਾਤਾ, ਅੱਜ ਤਾਂ ਨਹੀਂ ਨਹਾਤਾ। ਅਤੇ ਬਸ ਫਿਰ ਹੁਣ ਆਪਾਂ ਤੁਹਾਨੂੰ ਬਾਈਕ 'ਤੇ ਹੀ ਮਿਲਦੇ ਹਾਂ, ਅਤੇ ਆਪਣਾ ਫਸਟ ਮੋਟਰ ਵਲੌਗ ਆ, ਦੇਖਿਓ ਫਿਰ ਕੀ ਬਣਦਾ ਜੁੜਦਾ। ਕਿੱਲ ਸਵਿੱਚ ਦੇ ਹੱਥ ਲੱਗ ਗਿਆ ਸੀ, ਵਾਹਿਗੁਰੂ ਬਾਬਾ ਜੀ ਮਿਹਰ ਕਰਨਾ, ਵਧੀਆ ਤਰੀਕੇ ਨਾਲ ਜੀ, ਵਧੀਆ ਤਰੀਕੇ ਨਾਲ ਜੀ ਮਿਹਰ ਕਰਨਾ ਜੀ, ਵਾਹਿਗੁਰੂ। ਹਾਂ ਕਿਉਂ, ਪੂਰਾ ਪੂਰਾ ਨਿਕਲਿਆ ਹੈ? ਕੋਈ ਨਹੀਂ, ਮਗਰ ਹੈ ਗਿਆ, ਆ ਜਾਓ ਪਹਿਲਾਂ ਗੁਰੂ ਘਰ ਚੱਲੀਏ, ਮੱਥਾ ਟੇਕ ਕੇ ਆਈਏ, 12ਵੀਂ ਮੱਥਾ ਟੇਕਣਾ। ਅਤੇ ਸਭ ਤੋਂ ਵੱਡੀ ਪ੍ਰੋਬਲਮ ਹੈ ਫਿਊਲ ਨਹੀਂ ਹੈਗਾ, ਅਤੇ ਹੁਣ ਮੈਨੂੰ ਇੱਦਾਂ ਲੱਗ ਰਿਹਾ ਥੋੜ੍ਹਾ ਜਿਹਾ ਐਂਗਲ ਸੈੱਟ ਕਰਨ ਵਾਲਾ। ਹੁਣ ਐਂਗਲ ਠੀਕ ਆ, ਤੁਹਾਨੂੰ ਥੋੜ੍ਹਾ ਜਿਹਾ ਅੱਗੇ ਦਾ ਵੀ ਦਿਖ ਰਿਹਾ ਅਤੇ ਆਪਣਾ ਉਹ ਵੀ ਦਿਖ ਰਿਹਾ ਵਾ। ਹਵਾ ਲੱਗ ਰਹੀ ਆ ਯਾਰ, ਜੈਕਟ ਖੁੱਲ੍ਹੀ ਰਹਿ ਗਈ। ਫੋਗ ਦੇਖੋ ਕਿੰਨੀ ਆ ਸਾਹਮਣੇ, ਗੁਰੂ ਘਰ ਵੀ ਥੋੜ੍ਹਾ ਥੋੜ੍ਹਾ ਦਿਖ ਰਿਹਾ ਵਾ, ਵਾਹਿਗੁਰੂ। ਪਰ ਫੋਗ ਕਾਫ਼ੀ ਆ, ਮੈਨੂੰ ਲੱਗਦਾ ਹਜੇ ਤਾਂ ਆਪਾਂ ਲੋਕਲ ਏਰੀਏ 'ਚ ਹਾਂ, ਹਾਈਵੇ 'ਤੇ ਜਾ ਕੇ ਕਾਫ਼ੀ ਆਪਾਂ ਨੂੰ ਫੋਗ ਮਿਲੂਗੀ। ਰੁਕ ਕੇ ਮੱਥਾ ਟੇਕ ਲਈਏ ਇੱਕ ਵਾਰੀ, ਬਾਬਾ ਜੀ ਮਿਹਰ ਕਰਨ ਆਪਣੇ 'ਤੇ, ਵਧੀਆ ਹੋ ਜਾਵੇ ਯਾਤਰਾ, ਯਾਤਰਾ ਨਹੀਂ ਮਤਲਬ ਟ੍ਰਿਪ। ਉਤਰੋ ਵਾਹਿਗੁਰੂ ਸੱਚੇ ਪਾਤਸ਼ਾਹ, ਮਿਹਰ ਕਰਨੀ, ਭੁੱਲਾਂ ਚੁੱਕਾ ਗਲਤੀ ਮਾਫ ਕਰਨਾ, ਸੰਗੋ ਸਹਾਇਤਾ ਕਰਨੀ, ਮਿਹਰ ਕਰਨੀ ਜੀ, ਕਿਰਪਾ ਬਣਾਈ ਰੱਖਣਾ, ਆਪਣਾ ਮੇਰਾ ਬੜੇ ਹੱਥ ਸਾਡੇ ਪਰਿਵਾਰ ਦੇ ਸਿਰ 'ਤੇ ਰੱਖਣਾ, ਵਾਹਿਗੁਰੂ ਵਾਹਿਗੁਰੂ, ਕੁਝ ਮਿਹਰ ਕਰਿਓ। ਅਤੇ ਬਾਈਕ ਦੱਸੋ ਜੀ ਕਿਵੇਂ ਲੱਗ ਰਹੀ ਹੈ, ਟੋਪ ਬਾਕਸ ਦੇ ਨਾਲ ਉੱਧਰ ਸੈਡਲ ਬੈਗ ਲੱਗੇ ਹੋਏ ਆ, ਅਤੇ ਹੁਣ ਗਲਵ ਪਾ ਲਈਏ, ਹੱਥ ਸੁੰਨ ਹੋ ਗਏ ਇੰਨੇ 'ਚ, ਕੈਮਰਾ ਬੰਦ ਕਰ ਲਈਏ, ਅਤੇ ਥੋੜ੍ਹਾ ਜਿਹਾ ਮੈਂ ਹਜੇ ਕੈਮਰਾ ਹੋਰ ਡਾਊਨ ਕਰਦਾ, ਚਲਾਉਂਦੇ ਨੂੰ ਇੱਦਾਂ ਫੀਲ ਹੋ ਰਿਹਾ ਕਿ ਹਜੇ ਐਂਗਲ ਇੰਨਾ ਸੈੱਟ ਨਹੀਂ ਹੈਗਾ, ਹੌਲੀ ਹੌਲੀ ਫਸਟ ਟਾਈਮ ਆ ਜਾ, ਹੌਲੀ ਹੌਲੀ ਪਤਾ ਲੱਗੂਗਾ ਕਿ ਐਂਗਲ ਕਿੱਥੇ ਕੁ ਸੈੱਟ ਕਰਨਾ। ਚੱਲੀਏ ਫਿਰ, ਇੱਕ ਤਾਂ ਬਈ ਇਸ ਵਾਰ ਚਲੋ ਥੋੜ੍ਹਾ ਜਿਹਾ ਇੱਥੇ ਮਣੀ ਸ਼ੋਪਸ ਹੈਗੀਆਂ, ਥੋੜ੍ਹਾ ਏਰੀਆ ਵਾ, ਇੱਥੇ ਧੁੰਦ ਘੱਟ, ਤੁਹਾਨੂੰ ਅੱਗੇ ਦੇਖ ਰਿਹਾ ਹੋਊਗਾ ਅੱਗੇ ਬਹੁਤ ਫੋਗ ਆ, ਪਿੱਛੇ ਬਹੁਤ ਫੋਗ ਸੀਗੀ ਜਿੱਥੇ ਖੱਤੇ ਜਿਹੇ ਆਏ, ਅਤੇ ਮੈਨੂੰ ਨਹੀਂ ਪਤਾ ਆਡੀਓ ਕੁਆਲਿਟੀ ਕਿੱਦਾਂ ਦੀ ਆ ਰਹੀ ਆ, ਨਾ ਮੈਨੂੰ ਇਹ ਗੋਪਰੋ ਜਿਹਾ ਇੰਨਾ ਚਲਾਉਣਾ ਆ ਰਿਹਾ, ਐਕਸ਼ਨ ਕੈਮਰਾ ਜਿਹਾ ਥੋੜ੍ਹਾ ਘੱਟ ਵੱਧ ਹੀ ਚਲਾਉਣਾ ਆ ਰਿਹਾ। ਅਤੇ ਇੱਥੇ ਚਲੋ ਸਟਰੀਟ ਲਾਈਟਸ ਹੈਗੀਆਂ, ਬਹੁਤ ਹੈਲਪਫੁੱਲ ਆ ਫੋਗ ਵਿੱਚ। ਬਾਕੀ ਯਾਰ ਜਿਹੜੇ ਸਾਡੇ ਮਗਰ ਸਾਡੇ ਨਾਲ ਬੰਦੇ ਆ, ਉਹ ਥੋੜ੍ਹੇ ਇੰਨੇ ਸਿਆਣੇ ਆ, ਉਹਨਾਂ ਨੇ 2-3 ਵਾਰ ਕਹਿਤਾ ਕਿ ਬਈ ਧੁੰਦ ਦਾ ਟਾਈਮ ਆ, ਥੋੜ੍ਹਾ ਗੈਪ ਮੇਨਟੇਨ ਕਰੋ। ਪਰ ਉਹ ਗੈਪ ਦਾ ਉਹਨਾਂ ਨੇ ਕੀ ਮੇਨਟੇਨ ਕਰਨਾ, ਬਰਾਬਰ ਚੜ੍ਹੀ ਲਈ ਆਉਂਦੇ ਆ, ਆਦੇ ਲਾਈਟ ਦਿਖੀ ਹੋਊਗੀ ਤੁਹਾਨੂੰ, ਅਤੇ ਉਹ ਬਰਾਬਰ ਹੀ ਲਈ ਆ ਰਿਹਾ। ਮੈਨੂੰ ਇੱਦਾਂ ਚਲੋ ਬਾਬਾ ਮਿਹਰ ਕਰੇ ਇੱਦਾਂ ਕੁਛ ਨਾ ਹੋਵੇ, ਪਰ 1% ਲਈ ਵੀ ਕੋਈ ਮਿਸਐਪ ਹੁੰਦਾ ਵਾ, ਮੈਨੂੰ ਐਮਰਜੈਂਸੀ ਬ੍ਰੇਕਿੰਗ ਲਾਉਣੀ ਪੈ ਗਈ, ਧੁੰਦ ਕਰਕੇ ਕੁਛ ਆ ਗਿਆ ਮੂਹਰੇ, ਤਾਂ ਉਹਨਾਂ ਤੋਂ ਮੋਟਰ ਰੁਕੇ ਨਾ ਰੁਕੇ ਇਹ ਨਹੀਂ ਪਤਾ ਹੁੰਦਾ।
ਸੋ ਹਮੇਸ਼ਾ ਇੱਕ ਗੱਲ ਨੋਟਿਸ ਕਰੋ, ਜੇ ਤੁਸੀਂ ਕਦੇ ਵੀ ਗਰੁੱਪ ਰਾਈਡ ਕਰ ਰਹੇ ਹੋ ਤਾਂ ਗੈਪ ਮੇਨਟੇਨ ਕਰਨਾ ਜ਼ਰੂਰੀ ਹੈ। ਹਮੇਸ਼ਾ ਗੈਪ ਮੇਨਟੇਨ ਕਰਕੇ ਰੱਖੋ ਇੱਕ ਦੂਜੇ ਤੋਂ, ਅਤੇ ਇੱਕ ਦੂਜੇ ਦੇ ਪਿੱਛੇ ਲਾਈਨ 'ਚ ਨਾ ਚੱਲੋ, ਇੱਧਰ ਉੱਧਰ ਚੱਲੋ, ਸੱਜੇ ਖੱਬੇ ਹੋ ਗਏ, ਤਾਂ ਜੋ ਕਦੇ ਬ੍ਰੇਕ ਨਾ ਵੀ ਲੱਗੇ ਬੰਦਾ ਸਾਈਡ ਤੋਂ ਨਿਕਲ ਜੇ। ਚਲੋ ਹਾਂ, ਸਭ ਤੋਂ ਪਹਿਲਾਂ ਇੱਥੋਂ 3-4 ਕਿਲੋਮੀਟਰ ਫਿਊਲ ਸਟੇਸ਼ਨ ਆ, ਫਿਊਲ ਸਟੇਸ਼ਨ ਚੱਲਦੇ ਹਾਂ, ਫਿਊਲ ਪਵਾਉਂਦੇ ਹਾਂ, ਕਿਉਂਕਿ 24 ਆਵਰਸ ਓਪਨ ਤਾਂ ਉਹੀ ਆ ਫਿਊ ਫੁੱਲਾਂਵਾਲ ਚੌਂਕ ਵਾਲਾ। ਓ ਮੈਕਸ ਆ ਗਏ ਵਧੀਆ, 60 ਤੱਕ ਤਾਂ ਚੱਲ ਰਿਹਾ, ਜ਼ਿਆਦਾ ਸਪੀਡਿੰਗ ਨਹੀਂ ਕਰ ਰਹੇ, ਕਿਉਂਕਿ ਜ਼ਿਆਦਾ ਸਪੀਡਿੰਗ ਦਾ ਇੱਦਾਂ ਵਾ ਸਵੇਰ ਦਾ ਟਾਈਮ ਆ, ਲੋਕ ਕਈ ਵਾਰ ਡਰਾਈਵਰ ਡਰੂਵਰ ਅੱਜ ਸੁੱਤੇ ਦੇ ਵੀ ਹੁੰਦੇ ਆ, ਬਹੁਤ ਗੱਲਾਂ ਪਈ, ਪਤਾ ਕੀ ਆ ਲੋਕ ਕਹਿ ਦਿੰਦੇ ਕਿ ਹਾਂ ਮੋਟਰਾਂ 'ਤੇ ਚਲੇ ਜਾਂਦੇ, ਬਟ ਬਹੁਤ ਗੱਲਾਂ ਸੋਚ ਕੇ ਫਿਰ ਤੁਰਨਾ ਪੈਂਦਾ ਵਾ, ਐਂ ਨਹੀਂ ਹੈਗਾ ਕਿਸੇ ਦੀ ਵੀ ਗਲਤੀ ਹੋਈ, ਅਗਲੇ ਨੇ ਵੀ ਲਿਆ ਕੇ ਵਿੱਚ ਮਾਰਿਆ, ਗੱਡੀ ਵਾਲੇ ਦਾ ਕੁਛ ਨਹੀਂ ਜਾਣਾ, ਬਾਈਕ ਵਾਲੇ ਦਾ ਬਹੁਤ ਨੁਕਸਾਨ ਹੋਣਾ, ਮੋਟਰਸਾਈਕਲ ਵੀ ਨਵਾਂ ਆਜੂ, ਸਾਰਾ ਕੁਛ ਹੋ ਜਾਂਦਾ, ਬਟ ਜਿਹੜਾ ਆਪਣੇ ਸੱਟਾਂ ਲੱਗਣੀਆਂ ਸਰੀਰ ਭੰਨਿਆ ਜਾਣਾ ਉਹ ਨਹੀਂ ਨਵਾਂ ਆਉਂਦਾ। ਸੋ ਹਮੇਸ਼ਾ ਆਪਣਾ ਇਹ ਟਰਾਈ ਕਰੋ ਕਿ ਦੂਜੇ ਦੀ ਗਲਤੀ ਵੀ ਹੋਵੇ ਨਾ, ਆਪਾਂ ਆਪਣੇ ਆਪ ਨੂੰ ਸੇਫ ਸਾਈਡ ਰੱਖੀਏ, ਕਿ ਆਪਣੇ ਹੱਥ 'ਤੇ ਇੰਨੀ ਕੁ ਸਪੀਡਿੰਗ ਹੋਵੇ, ਇੰਨੀ ਕੁ ਕੰਟਰੋਲਿੰਗ ਹੋਵੇ ਕਿ ਹਾਂ ਰੱਬ ਨਾ ਕਰੇ ਜੇ ਕੁਛ ਵੀ ਹੁੰਦਾ ਵਾ ਆਪਾਂ ਆਪਣੇ ਆਪ ਨੂੰ ਸੇਫ ਕਰ ਸਕੀਏ। ਤੂੰ ਕੀ ਕਰਨ ਆਇਆ ਸੀ ਰਾਤ? ਹਾਏ ਆ ਫੜੀ ਯਾਰ, ਆ ਫੜੀ ਦੇ, ਹੈ ਫੋਲੀ ਕਰਾਉਣਾ ਮੇਰਾ ਤਾਂ, ਕਿਸੇ ਨੇ ਢੱਕਣ ਘੁਮਾਤਾ ਯਾਰ ਵਾਧੂ ਦਾ, ਖੁੱਲੂ ਦਾ ਸਹੀ ਵਾਰ ਔਖਾ ਖੁੱਲੂ। ਬਈ ਫੁੱਲ ਕਰ ਦਿਓ, ਅਤੇ ਤੇਲ ਤਾਂ ਇਸ ਵਾਰ ਖਤਮ ਹੀ ਆ, ਦੇਖਦੇ ਹਾਂ ਕਿੰਨੇ ਦਾ ਆਉਂਦਾ, 0 ਦੇਖਦੇ ਹਾਂ, ਮੇਰਾ ਨਾ 11% ਆ ਜੂਗਾ। ਟਾਈਮ ਕਿੰਨਾ ਹੋ ਗਿਆ ਯਾਰ, ਟਾਈਮ ਕਿੰਨਾ ਹੋਇਆ? 5:45, 1:26 ਹੋਈ, 11% ਦਾ ਹੀ ਆਉਣਾ। ਆਪਣੀ ਬਾਈਕ ਤਾਂ ਸਾਰਿਆਂ ਨੂੰ ਹਿਸਾਬ ਹੁੰਦਾ ਨਾ, ਲੈ 1200 ਉੱਤੇ ਹੀ ਗਿਆ, 70 ਕਰ ਦੇ ਬਾਈ ਪੂਰਾ, ਬਾਈ 70 ਕਰ ਦੇ, ਬਹੁਤ ਆ ਬਾਈ, ਡੁੱਲ ਜਾਣਾ ਕੋਈ ਫਾਇਦਾ ਨਹੀਂ ਯਾਰ ਇਹਦਾ, ਕੋਈ ਨਹੀਂ ਤੈਨੂੰ ਖੁੱਲ੍ਹੇ ਪੈਸਿਆਂ ਦਾ ਹਿਸਾਬ ਕਿਤਾਬ ਕਰ ਲਵਾਂਗੇ, ਤੂੰ ਬਸ ਛੱਡ ਦੇ, 77 ਰੁਪਏ ਹੀ ਆ। ਮੇਰਾ 1176, ਮੈਂ ਤੈਨੂੰ 1176 ਦੇ ਦੂੰਗਾ, ਕੋਈ ਨਹੀਂ। ਅਤੇ ਹੁਣ ਆਪਾਂ ਇੱਕ ਵਾਰੀ ਮੀਟਰ ਦੀ ਫੋਟੋ ਖਿੱਚ ਲਈਏ, ਨਾਲੇ ਟ੍ਰਿਪ ਕਰ ਲੈਣਾ 0, ਦੇਖਾਂਗੇ ਐਵਰੇਜ ਕੀ ਦਿੰਦਾ ਫਿਰ, ਜੇ ਤਾਂ ਬੰਦਿਆਂ ਵਾਂਗੂ ਚਲਾਉਂਗਾ 30+ ਤਾਂ ਪੱਕੀ ਆ, 26,735 ਬਈ ਆਪਣੇ ਕੋਲ ਤਾਂ ਹੈਗਾ ਵਾ। ਮੈਨੂੰ ਪਤਾ ਹੀ ਨਹੀਂ, ਟ੍ਰਿਪ ਹੋ ਗਿਆ 0, ਤਾਂ ਹੀ ਮੈਂ ਦੇਖਿਆ ਹੀ ਹੁਣ ਸਿਮਟੈਕ ਦਾ, ਲੋਕਾਂ ਨੇ ਕਹਿਣਾ ਤੈਨੂੰ ਆਪਣੇ ਮੋਟਰਾਂ ਦਾ ਨਹੀਂ ਪਤਾ, ਬਾਈ ਆ ਜਿਹੜਾ ਆਪਣਾ ਮੋਬਾਈਲ ਹੋਲਡਰ ਆ,
ਆ ਸਵੇਰੇ ਸਵੇਰੇ ਉੱਠ ਕੇ ਦੇਵ ਦੀ ਮਿਹਰਬਾਨੀ ਆ ਕਿ ਮੈਂ ਤਾਂ ਮਤਲਬ ਆਪਦਾ ਤਿਆਰ ਤਿਉਰ ਹੋ ਰਿਹਾ ਸੀਗਾ, ਪਰ ਨਹੀਂ ਸੁੱਤਾ ਪਿਆਊਂਗਾ ਕਿ ਇਹਨੇ ਲਾਇਆ ਵਾ। ਭਾਈ ਯਾਰ ਮੈਂ ਕਹਿੰਦਾ ਇਹ ਵਾਲਾ ਫੋਨ ਟੈਂਕ ਬੈਗ 'ਚ ਪਾ ਲੈਂਦੇ, ਪੁਰਾਣੇ ਵਾਲਾ ਫੋਨ ਲਾ ਲੈਂਦੇ ਹਾਂ, ਵਧੀਆ ਸਲਾਹ ਨਹੀਂ? ਇਹ ਵਾਲਾ ਲਾਵਾਂ, ਉਹ ਤਾਂ ਉਹ 'ਚ ਵੀ ਚੱਲਦਾ। ਇੱਕ ਵਾਰੀ ਪੋਪਸ ਐਂਡ ਬੈਗਸ ਸੁਣਾ ਦਈਏ। ਉਹ ਥੋੜ੍ਹਾ ਜਿਹਾ ਰੌਂਗ ਸਾਈਡ ਕੀ, ਉਹ ਸਾਹਮਣੇ ਆ। ਚੱਲ ਤੂੰ ਮੇਰੇ ਹੈਲਮਟ 'ਤੇ ਸਕਰੈਚ ਸਕਰੈਚ ਪਾ ਦੇ। ਇੱਕ ਦੋ ਮਾਰੇ ਚਾਰ ਪੰਜ, ਹੁਣ ਤੁਹਾਨੂੰ ਵਧੀਆ ਤਰੀਕੇ ਨਾਲ ਬਣਾਉਂਦੇ ਹਾਂ। ਸੈਕਿੰਡ ਗੇਅਰ ਆ ਬਾਂਤੀ ਨੇਰੀ, ਮਾਰੀ ਨੀ ਨਜ਼ਰ ਲੱਗ ਗਈ, ਉਹਨਾਂ ਦੀ ਲੱਗੀ ਹੋਈ ਆ, ਮਗਰ ਲੈਣੀ ਉਹਨਾਂ ਵਾਲਾ ਮਾਰਦਾ ਨੀ ਨਾ। ਚੱਲ ਪਿਆ ਢੋਲ। ਚਲੋ ਹੁਣ ਤੈਨੂੰ ਬਹੁਤ ਸੌਣ ਲਏ, ਮਾੜੀ ਬਾਈਕ ਖਿੱਚ ਲਈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਈ ਬਹੁਤ ਜ਼ਿਆਦਾ ਫੋਗ ਆ, ਹਜੇ ਤਾਂ ਲਾਈਟਾਂ ਲੂਟਾਂ ਸਾਡੇ ਕੋਲ ਤਾਂ ਫਿਰ ਆਕਸੀਲਰੀ ਲਾਈਟਸ ਹੈਗੀਆਂ ਨੇ, ਅਤੇ ਜਿਹਦੇ ਨਾਲ ਬਹੁਤ ਹੈਲਪ ਹੋ ਰਹੀ ਹੈ। ਤੁਹਾਨੂੰ ਤਾਂ ਬਹੁਤ ਕਲੀਅਰ ਵਿਜ਼ਨ ਆ ਰਿਹਾ, ਬਟ ਜੇ ਮੈਂ ਆਪਣੀ ਆਈ ਵਿਜ਼ਨ ਦੱਸਾਂ ਨਾ, ਸੱਚ ਫਰੰਟ 'ਤੇ ਵੀ ਨਹੀਂ ਦਿਖ ਰਿਹਾ, ਇੰਨੀ ਜ਼ਿਆਦਾ ਫੋਗ ਆ, ਤੁਹਾਨੂੰ ਲਾਈਟ ਕਰਕੇ ਲੰਬਾ ਦਿਖ ਰਿਹਾ। ਹੁਣ ਥੋੜ੍ਹੀ ਫੋਗ ਘਟੀ, ਫਿਰ ਆ ਗਈ। ਮੈਂ ਇਹ ਸੋਚਦਾ ਸਾਡੇ ਕੋਲ ਆਕਸੀਲਰੀ ਲਾਈਟਸ ਆ, ਫਿਰ ਵੀ ਸਾਨੂੰ ਇੰਨੀ ਹੈਲਪ ਹੋ ਰਹੀ ਹੈ। ਜਿਹੜੇ ਦੂਜੀ ਬਾਈਕ ਉਹਨਾਂ ਕੋਲ ਐਲ ਈ ਡੀ ਬਸ ਹੈੱਡਲਾਈਟ ਆ, ਆਕਸੀਲਰੀ ਲਾਈਟਸ ਹੈ ਨਹੀਂ, ਐਕਸਟਰਾ ਲਾਈਟਸ, ਉਹਨਾਂ ਵਿਚਾਰਿਆਂ ਦਾ ਕੀ ਫਾਇਦਾ ਹੋਊਗਾ? ਅਤੇ ਬਸ ਇੱਕ ਤਾਂ ਧੁੰਦ ਬਹੁਤ ਆ, ਚੱਲ ਦੇਖ ਨਹੀਂ ਰਿਹਾ, ਬਟ ਠੰਡ ਨਹੀਂ ਲੱਗ ਰਹੀ, ਠੀਕ ਆ, ਕੱਪੜੇ ਵਗੈਰਾ ਵਧੀਆ ਪਾ ਕੇ ਆਏ ਹਾਂ, ਹੁਣ ਨਹੀਂ ਧੁੰਦ ਨਹੀਂ ਹੈਗੀ। ਹੁਣ ਨਹਿਰੋ ਨਹਿਰ ਚੱਲ ਰਿਹਾ, ਦਰਾਹਿਆ ਪਹੁੰਚਣ ਵਾਲੇ ਹੋਵਾਂਗੇ ਆਈ ਥਿੰਕ ਸੋ। ਮੈਂ ਇੱਕ ਪ੍ਰੋਬਲਮ ਇਹ ਹੋ ਗਈ, ਮੈਂ ਨਾ ਅੱਜ ਲਾਈਫ 'ਚ ਸੈਕਿੰਡ ਟਾਈਮ ਹੈਲਮਟ ਪਾਇਆ ਵਾ, ਫਸਟ ਟਾਈਮ ਪਾਇਆ ਸੀਗਾ ਉਦੋਂ ਵੀ ਮੈਨੂੰ ਇਹ ਟਾਈਟ ਲੱਗਿਆ ਮੇਰਾ ਹੈਲਮਟ, ਜੋ ਕਿ ਹੈ ਯਾਰ ਮੈਂ ਝੂਠ ਨਹੀਂ ਬੋਲੂੰਗਾ, ਮੇਰੇ ਤੋਂ ਗਲਤੀ ਨਾਲ ਸਾਈਜ਼ ਛੋਟਾ ਲਿਆ ਗਿਆ। ਅਤੇ ਜਦੋਂ ਫਸਟ ਟਾਈਮ ਪਾਇਆ ਸੀਗਾ ਉਦੋਂ ਦਾ ਇੰਨਾ ਟਾਈਟ ਸੀਗਾ, ਆ ਮੂਹਰੇ ਕੁਛ ਜਾ ਰਿਹਾ ਆ ਭਰਾਵਾ, ਕੋਈ ਤਾਂ ਰੇਡੀਅਮ ਰੂਡੀਅਮ ਲਾ ਲਓ, ਜੇ ਮੇਰਾ ਧਿਆਨ ਨੂੰ ਕਿਤੇ ਹੋਰ ਉਹਦਾ ਵੜ ਗਿਆ ਸੀ ਤੁਹਾਡੇ 'ਚ। ਅਤੇ ਜਦੋਂ ਫਸਟ ਟਾਈਮ ਪਾਇਆ ਸੀਗਾ ਧੁੰਦ ਇੱਕਦਮ ਕਿੰਨੀ ਆਈ ਆ, ਉਹ ਮੂੰਹ 'ਤੇ ਵੱਜੀ ਧੁੰਦ ਆ ਕੇ। ਜਦੋਂ ਫਸਟ ਟਾਈਮ ਹੈਲਮਟ ਪਾਇਆ ਸੀ ਨਾ ਉਦੋਂ ਇੰਨਾ ਜ਼ਿਆਦਾ ਟਾਈਟ ਸੀਗਾ, ਮੇਰੇ ਨਾਲ ਜੋ ਬੰਦਾ ਗਿਆ, ਉਦੋਂ ਵੀ ਫਸਟ ਟਾਈਮ ਵੀ ਮਨਾਲੀ ਪਾ ਕੇ ਗਿਆ ਸੀ ਹੈਲਮਟ ਉਦੋਂ, ਬਟ ਮੈਂ ਆਪਣੇ ਫਰੈਂਡ ਦੇਵ ਨੂੰ ਦੇਤਾ ਕਿ ਦੇਵ ਤੇਰਾ ਮੂੰਹ ਥੋੜ੍ਹਾ ਪਤਲਾ ਵਾ, ਤੂੰ ਪਤਲਾ ਵਾ ਅਤੇ ਤੂੰ ਪਾ ਲਾ। ਉਹ ਟੋਏ ਵੀ ਆ ਗਏ, ਜੰਮੀ ਕੁਛ ਨਹੀਂ ਦੀਦਾ ਕਿ ਤੂੰ ਪਾ ਲਾ, ਮੇਰੇ ਤੋਂ ਪੈ ਨਹੀਂ ਰਿਹਾ, ਹੈਲਮਟ ਬਹੁਤ ਜ਼ਿਆਦਾ ਟਾਈਟ ਆ, ਅੱਜ ਵੀ ਪਾਇਆ ਟਾਈਟ ਹੈਗਾ, ਬਟ ਉਹਦੇ ਨਾਲੋਂ ਠੀਕ ਆ ਬਟ ਟਾਈਟ ਹੈ ਬਹੁਤ, ਮੇਰਾ ਮੂੰਹ ਘੁੱਟਿਆ ਜਿਹਾ ਪਿਆ, ਮੈਨੂੰ ਵੋਮਿਟ ਜਿਹਾ ਆ, ਫੀਮ ਲਾਉਣ ਲੱਗ ਗਿਆ। ਆਈ ਥਿੰਕ ਸੋ ਆਈ ਹੈਵ ਟੂ ਚੇਂਜ ਦਾ ਹੈਲਮਟ ਔਰ ਨੈਕਸਟ ਰਾਈਡ ਫੋਰ ਸ਼ੋਰ। ਜੇ ਹੈਲਮਟ ਚੇਂਜ ਨਾ ਕੀਤਾ ਬਹੁਤ ਅਨਕੰਫਰਟੇਬਲ ਰਿਹਾ, ਜੇ ਬੰਦਾ ਕੰਫਰਟੇਬਲੀ ਹੈ ਨਹੀਂ ਨਾ, ਰਾਈਡ ਕੰਫਰਟੇਬਲੀ ਹੋ ਹੀ ਨਹੀਂ ਸਕਦੀ, ਜਾਂ ਤਾਂ ਮੈਨੂੰ ਆਪਣਾ ਭਾਰ ਘਟਾਉਣਾ ਪੈਣਾ ਜੋ ਪੋਸੀਬਲ ਨਹੀਂ, ਕਿਉਂਕਿ ਹੁਣ ਸੈਂਸੀਟਾਈਜ਼ ਡੂਟ ਵਾਲੇ ਬੰਦੇ ਨਹੀਂ ਹੈਗੇ ਕਿ ਆ ਵੀ ਡਾਈਟ ਕਰੀ ਜਾਈਏ। ਸੋ ਹੈਲਮਟ ਚੇਂਜ ਕਰਾਂਗੇ ਬਟ ਰਿਸਪੋਂਸ ਵਧੀਆ। ਹੁਣ ਮਾੜਾ ਇੱਥੇ ਰੁਕੇ ਸੀਗੇ, ਦਰਾਹ ਵਗੈਰਾ ਕ੍ਰੋਸ ਕਰ ਲਿਆ, ਦਰਾਹ ਤੋਂ ਅੱਗੇ ਜਿਹੜਾ ਟੋਲ ਉਦੋਂ ਵੀ ਕ੍ਰੋਸ ਕਰ ਲਿਆ। ਮੇਰਾ ਬਹੁਤ ਜ਼ਿਆਦਾ ਫੇਸ ਪੇਨ ਕਰਨ ਲੱਗ ਗਿਆ ਸੀਗਾ, ਹੈਲਮਟ ਟਾਈਟ ਆ ਨਾ, ਅਤੇ ਫਿਰ ਉਹਨੂੰ ਉੱਤਰ ਕੇ ਸਾਰਾ ਆਪਣਾ ਬੇਸ ਵਗੈਰਾ ਜਿਹੜਾ ਸਿਰ ਨੂੰ ਕਵ ਬੰਨਣ ਵਾਸਤੇ ਹੁੰਦਾ ਸਾਰਾ, ਫਿਰ ਤੋਂ ਬੰਨਿਆ, ਵਾਲ ਬੰਨਣ ਵਾਲਾ ਬੇਸ ਫਿਰ ਤੋਂ ਬੰਨਿਆ,
ਹੈਲਮਟ ਫਿਰ ਤੋਂ ਪਾਇਆ, ਹੁਣ ਥੋੜ੍ਹਾ ਜਿਹਾ ਕੰਫਰਟੇਬਲ ਲੱਗ ਰਿਹਾ ਅਤੇ ਬੇਸ ਮੈਂ ਥੋੜ੍ਹਾ ਪਤਲਾ ਕਰ ਲਿਆ ਤਾਂ ਜੋ ਕੰਫਰਟੇਬਲ ਰਵਾਂ ਹਜੇ, ਕਿਉਂਕਿ ਬਾਈਕ ਤਾਂ ਪਿੰਡੋਂ 10 ਕਿਲੋਮੀਟਰ ਰੋਡ ਨਾਲ ਮਤਲਬ 48 ਕਿਲੋਮੀਟਰ ਚੱਲੀ, 48 ਕਿਲੋਮੀਟਰ ਦੇ ਵਿੱਚ ਬਾਡੀ ਨੂੰ ਤਾਂ ਕੁਛ ਫੀਲ ਨਹੀਂ ਹੋਇਆ ਬਟ ਫੇਸ ਤਾਂ ਥੱਕ ਗਿਆ ਨਾ, ਆਪਦੇ ਐਟਮਾਂ ਲਾਉਣ ਲੱਗੇ ਵਾਧੂ ਦੀਆਂ ਅਤੇ ਫੇਸ ਦੁਖਣ ਲੱਗ ਗਿਆ ਸੀਗਾ, ਤਾਂ ਕਰਕੇ ਮੈਂ ਕਿਹਾ ਫੋਨ ਹੈਗਾ, ਹਾਂ ਫੋਨ ਹੈਗਾ, ਅਤੇ ਫੇਸ ਦੁਖਣ ਲੱਗ ਗਿਆ, ਮੈਂ ਕਿਹਾ ਉੱਤਰ ਕੇ ਇੱਕ ਵਾਰੀ ਸੈੱਟ ਕਰ ਲਈਏ, 50-60 ਕਿਲੋਮੀਟਰ ਹੋਰ ਚੱਲ ਜਾਵੇ, 100 ਕਿਲੋਮੀਟਰ ਤੱਕ ਮੈਨੂੰ ਐਂ ਹੁਣ ਨਿਕਲ ਜੂ ਮੇਰਾ, ਜਾਣੂ ਫਿਰ ਢਾਬੇ 'ਤੇ ਰੋਕ ਕੇ ਚਾਹ ਚੂ ਪੀਣੀਆਂ, ਹਵਾ ਭਰਾਉਣੀ ਆ ਟਾਇਰਾਂ 'ਚ, ਅਤੇ ਇਹ ਮੈਨੂੰ ਦੱਸਿਓ ਜੈੱਟ ਇੰਡੀਕੇਟਰ ਕਿਵੇਂ ਲੱਗ ਰਹੇ ਆ, ਉਹ ਉੱਪਰਲੇ ਦੇਖੋ ਕਿੰਨੇ ਬ੍ਰਾਈਟ ਆ, ਨਿੱਕੇ ਨਿੱਕੇ ਜਿਹੇ ਆ, ਡੇ ਦੇ ਵਿੱਚ ਜਿਹੜਾ ਫੋਨ 'ਤੇ ਵੀਡੀਓ ਬਣਾ ਕੇ ਦਿਖਾਊਂਗਾ ਕਿੱਦਾਂ ਦੇ, ਹਜੇ ਥੋੜ੍ਹਾ ਦਿਨ ਚੜ੍ਹਦਾ ਤਾਂ ਸੂਰਜ ਦੇਵ ਤੁਹਾਨੂੰ ਆ ਲੈਣ ਦਿਓ, ਬਹੁਤ ਜ਼ਿਆਦਾ ਠੰਡ ਜੀ ਵੀ ਹੈਗੀ ਆ ਬਟ ਲੱਗ ਨਹੀਂ ਰਹੀ, ਹੈ ਮੈਂ ਕਿਹਾ ਬਹੁਤ ਜ਼ਿਆਦਾ ਠੰਡ ਹੈਗੀ ਆ ਪਰ ਲੱਗ ਨਹੀਂ ਰਹੀ, ਕੀ ਕਰਨਾ ਵਾ, ਬਸ ਕਹਿੰਦਾ ਪਾਣੀ ਪਾਵਾਂ ਉੱਤੇ, ਇਹ ਉਹੀ ਜਗ੍ਹਾ ਆ ਗਈ ਜਦੋਂ ਇੱਥੇ ਪਹਾੜ ਪੈ ਗਿਆ ਸੀ, ਉਦੋਂ ਫਲੱਡ ਜਿਹੜੀ ਸੀ ਆਏ ਹੋਏ, ਹੈ ਨਾ ਜਾ ਜਾ ਦੇ ਆਪਾਂ ਤੋਂ, ਇਹ ਤਾਂ ਹੁਣ ਫਿਰ ਇਹਨਾਂ ਨੇ ਲੈਵਲ ਕਰਤਾ, ਹੈ ਨਾ ਪਹਿਲਾਂ ਹੋਈ ਆ ਦੇਖ ਇੱਡੀ ਟੋਟਾ ਬਣਿਆ ਹੋਇਆ ਵਾ, ਆਪਾਂ ਉੱਥੋਂ ਬਾਈਕ ਚਾੜੀ ਸੀ ਜਾ ਤਾਂ ਥੱਲੇ ਹੋ ਘੱਟੋ ਘੱਟ 20-25 ਹਾਂ 20-25 ਫੁੱਟ ਨੀਵਾਂ ਸੀਗਾ, ਐਂ ਪਹਿਲਾਂ ਥੱਲੇ ਉੱਤਰੇ ਬਾਅਦ ਜਾਈ ਉੱਤੇ ਚਾੜੀ ਬਾਈਕ, ਬਹੁਤ ਮਜ਼ਾ ਆਇਆ, ਜੇ ਮੈਨੂੰ ਵੀਡੀਓ ਮਿਲੀ ਨਾ ਮੈਂ ਵਿੱਚ ਐਡ ਕਰ ਦੂੰਗਾ, ਪਰ ਮੈਂ ਯੂਟਿਊਬ 'ਤੇ ਪਹਿਲਾਂ ਵੀਡੀਓ ਪਾਈ ਹੋਈ ਆ, ਉਹ ਇੱਥੋਂ ਉਦੋਂ ਦੇਖੋ ਉਹ ਚੁੱਕੇ ਉੱਠਦੀ ਆ, ਇੱਕ ਠੰਡ ਲੱਗਣ ਦਾ ਕਾਰਨ ਇਹ ਵੀ ਆ ਅਸੀਂ ਨਹਿਰੋ ਨਹਿਰ ਜਾ ਰਹੇ ਹਾਂ, ਮਤਲਬ ਇਹਦਾ ਕਾਮਨ ਮਤਲਬ ਇਹੀ ਰਾਹ ਜਾਣਾ ਵੈਸੇ ਉੱਧਰ ਨੂੰ, ਪਰ ਨਹਿਰ ਜਾ ਹੋਣ ਕਰਕੇ ਧੁੰਦ ਵੀ ਜ਼ਿਆਦਾ ਵਾ ਠੰਡ ਵੀ ਜ਼ਿਆਦਾ ਵਾ, ਸੁੰਨ ਹੋਏ ਪਏ ਆ, ਬਟ ਇਹ ਗਲਵਸ ਬਹੁਤ ਕੰਮ ਦੇ ਆ, ਇੱਕ ਤਾਂ ਇਹ ਵਾਟਰ ਪਰੂਫ ਵੀ ਆ ਤਾਂ ਕਰਕੇ ਹਵਾ ਵੀ ਨਹੀਂ ਅੰਦਰ ਨਹੀਂ ਜਾ ਰਹੀ, ਅਤੇ ਵੋਪ ਬਹੁਤ ਆ, ਵੋਪ ਵਧੀਆ ਹੋਣ ਕਰਕੇ ਨਾ ਹੋਏ ਆ ਫੋਗ ਜੰਮੀ ਪਈ ਆ ਆਪਣੇ ਵਾਈਜ਼ਰ 'ਤੇ, ਚਲੋ ਰੋਕ ਕੇ ਸਾਫ਼ ਕਰਨੀ ਪੈਣੀ ਆ, ਵਧੀਆ ਯਾਰ ਮਾਹੌਲ ਚਾਲ, ਥੋੜ੍ਹੇ ਥੋੜ੍ਹੇ ਠੰਡ ਲੱਗ ਰਹੀ ਆ ਪਰ ਕੋਈ ਖਾਵਾਂਗੇ ਨਾ ਗਰਮ ਦੀ ਚਾਹ ਪੀਵਾਂਗੇ ਸੈੱਟ ਹੋ ਜੂ ਮਾਹੌਲ, ਅਤੇ ਬਈ ਹੁਣ ਦੇਖੋ ਮੋਟਰ ਵਾਲੇ ਕੀ ਕਹਿੰਦਾ, ਇੱਕ ਤੁਹਾਨੂੰ ਮਗਰੋਂ ਦਿਖਾਉਂਦੇ ਜਿਹੜੇ ਜੈੱਟ ਟਿਕਟ ਲਾਏ ਆ ਕਿੰਨੇ ਸੋਹਣੇ ਲੱਗਦੇ ਆ, ਇਹ ਆਪਣਾ ਟੋਪ ਬਾਕਸ ਸਟਿਕਰਿੰਗ ਦੇਖੋ, ਰਾਤ ਅਸੀਂ ਵਿਹਲਿਆਂ ਨੇ ਡੰਡੇ ਪਏ ਸੀ ਸਾਰੇ ਹੀ ਲਾਤੇ, ਤਾਂ ਸਭ ਤੋਂ ਮੇਨ ਕੱਲਾ ਲੱਗਿਆ ਹੋਇਆ, ਨੋ ਫਾਰਮਰ ਨੋ ਫੂਡ, ਆਹ ਦੇਖੋ ਘੈਂਟ ਆ, ਇਹ ਆਪਣੇ ਗਲਵਸ ਹੋ ਗਏ, ਆਪਣਾ ਸੈਟਅਪ ਹੋ ਗਿਆ ਹੈਲਮਟ ਵਗੈਰਾ ਦਾ, ਟੈਂਕ ਬੈਗ ਹੋ ਗਿਆ, ਇਹ ਲਾਈਟਾਂ ਜਿਹਨਾਂ ਨੇ ਬਹੁਤ ਸਾਥ ਦਿੱਤਾ, ਮੇਰਾ ਗਲਾ ਪਤਾ ਨਹੀਂ ਕਿਉਂ ਬਹਿ ਗਿਆ ਠੰਡ ਦਾ, ਅਤੇ ਲਾਈਟਾਂ ਨੇ ਬਹੁਤ ਸਾਥ ਦਿੱਤਾ ਇਹ ਵਾਲੀਆਂ ਨੇ, ਆਪਣੀ ਦੂਜੀ ਬਾਈਕ, ਇਹ ਨਮੂਨਾ ਬਈ, ਇਹ ਉਹ ਬੰਦੇ ਆ ਜਿਹੜਾ ਸੜਕ ਦੇ ਨਾ ਟੋਆ ਲੱਭ ਲੱਭ ਛੱਡਦੇ ਆ, ਵੀ ਇਹ ਟੋਆ ਆ ਗਿਆ ਅਤੇ ਪੈਚ ਸੁੱਟਣਾ ਮੈਂ, ਮਨਾਲੀ ਜਾਣੇ ਹੋਣੇ ਆ, ਅਤੇ ਬਈ ਇਹ ਉਹ ਬੰਦੇ ਟੋਆ ਲੱਭ ਕੇ ਟੱਲ ਟੋਏ 'ਚ, ਇਹ ਸੈਡਲ ਬੈਗ ਆਪਣੇ ਵਾਲੀ ਆ, ਤੁਸੀਂ ਬਹੁਤ ਵਾਰ ਦੇਖੇ ਹੋਣੇ ਆ, ਸਾਲਿਆਂ ਨੇ ਚੋਰੀ ਕੀਤਾ ਮੰਗ ਕੇ ਲੈ ਕੇ ਆਇਆ ਮੇਰੇ ਤੋਂ ਚੋਰ ਸਾਲੇ, ਬਈ ਇੱਕ ਮਿੰਟ ਇੰਨੇ ਬੈਗ ਦੇਖ ਲੈ, ਦੋ ਦਿਨਾਂ ਲਈ ਜਾ ਰਹੇ ਆ ਮਨਾਲੀ, ਆਹ ਦੋ ਬੰਦਿਆਂ ਦੇ ਕੱਪੜੇ ਆ, ਉਹ ਇੱਕ ਨਿੱਕਾ ਜਿਹਾ ਟੈਂਕ ਬੈਗ ਆ, ਸੋਰੀ ਟੈਂਕ ਬੈਗ ਕਹਿਤਾ ਟੋਪ ਬਾਕਸ, ਉਹਦੇ 'ਤੇ ਅਸੀਂ ਕੱਪੜੇ ਪਾ ਲਏ, ਉਹਦੀ ਜਗ੍ਹਾ ਬਚ ਗਈ, ਫਿਰ ਅਸੀਂ ਐਕਸਟਰਾ ਕੱਪੜੇ ਚੱਕੇ ਕਿ ਚੱਲ ਕੋਈ ਨਹੀਂ ਖਾਲੀ ਕਿਉਂ ਲੈ ਕੇ ਜਾਣਾ, ਸਾਡੇ ਦੋ ਬੰਦਿਆਂ ਦੇ ਕੱਪੜੇ ਉਹਦੇ 'ਚ, ਨਹੀਂ ਦੇਸੀ ਜਗਾੜ ਟੋਟੇ ਜੋ ਫੜਦੇ ਹੁੰਦੇ
ਨਹੀਂ ਪਹਿਲੀ ਵਾਰੀ ਆਇਆ ਨਾ ਵਿਚਾਰਾ, ਇਹਨੂੰ ਪਤਾ ਨੀ ਸੀ, ਵਿਚਾਰੇ ਨੇ ਪਜਾਮੇ ਦਾ ਦੋ ਪਾਲੇ ਪਰ ਗਰਮ ਪਜਾਮਾ ਇੱਕ ਵੀ ਨੀ ਪਾਇਆ। ਬਈ ਮਜ਼ਾਕ ਦੀ ਗੱਲ ਨੀ, ਇੱਥੇ ਪਜਾਮੇ ਦੇਖ ਵਾਲਾ ਪਤਲੇ ਪਜਾਮੇ ਜਿਵੇਂ ਨਾ ਆਪਣਾ ਕੀ ਕਹਿੰਦੇ ਰਾਜਸਥਾਨ ਜੂਨ ਦੇ ਮਹੀਨੇ ਚ ਫਿਰਦਾ ਹੋਵੇ ਉਹ ਜੇ ਪਜਾਮੇ ਪਾਏ ਇਹਨੇ। ਪਹਿਲੀ ਵਾਰ ਆਉਂਦੇ ਨੇ ਕੀ ਕਰੀਏ, ਹੋਰ ਕੀ ਭਰਾਵਾ ਕਿਹਾ ਸੀ ਮੈਂ ਕਿਹਾ ਸ਼ੋਪਿੰਗ ਕਰਵਾ ਦੀ ਮਾੜੇ ਮੋਟੇ ਪਜਾਮੇ ਲਿਆ ਦੀ ਬਾਊ ਜੀ ਆਟੇ ਵੇਚਣ ਦੇ ਲੱਗੇ ਰਹੇ 5 ਰੁਪਏ ਥੈਲੀ। ਹਾਂ ਤੂੰ ਜਿਹੜੀਆਂ 9 ਵਜੇ ਤੱਕ ਫਾਈਲਾਂ ਭਰੀ ਗਿਆ ਉਹ 4 ਫਾਈਲਾਂ ਲਾਈਆਂ, ਪਤਾ ਨੀ ਕਿਹਦਾ ਪਾਸਪੋਰਟ ਕਿਹਦਾ ਜੋੜੀਏ। ਆ ਭੇਜਦਾ ਤੁਹਾਡੇ ਸਰ ਨੂੰ। ਹਾਂ ਮੈਨੂੰ ਤਾਂ ਯਾਰ ਸਭ ਤੋਂ ਜ਼ਿਆਦਾ ਸੋਹਣੇ ਇੰਡੀਕੇਟਰ ਲੱਗ ਰਹੇ ਆ। ਇੰਡੀਕੇਟਰ ਨਹੀਂ ਬੋਲਦੇ ਇਸਕੋ, ਜੈੱਟ ਇੰਡੀਕੇਟਰ ਹੀ ਹੁੰਦੇ ਆ, ਜੈੱਟ ਇੰਡੀਕੇਟਰ ਉਹ ਇੰਨਾ ਨਹੀਂ ਆਪਾਂ ਕੇਅਰ ਕਰਦੇ। ਪਤਾ ਨਹੀਂ ਅੱਜ ਕਿੰਨੇ ਪਾਰਟ ਬਣਨੇ ਆ, ਉਹਦੇ ਵੀਡੀਓ ਵੀ ਬਹੁਤ ਵੱਡੀਆਂ 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 ਬਣਦੀਆਂ ਪਈਆਂ। ਹਾਂ ਤੇ ਅਸੀਂ 350 ਦੇ ਲੈ ਕੇ ਆਏ, ਰਾਤ ਕਹਿੰਦਾ ਸੋਹਣੇ ਲਾਤੇ ਆ ਤੇ ਕਹਿੰਦਾ ਮੇਲੇ ਵਾਲੇ 'ਚ ਲਾ ਦਿਓ। ਅਸੀਂ ਇਹਨੂੰ ਕਿਹਾ ਕਿ 1500 ਰੁਪਇਆ ਟ੍ਰਾਂਸਫਰ ਕਰ ਦੇ, ਅਸੀਂ ਲਾ ਦਿੰਦੇ ਆ, ਠੀਕ ਆ। ਜਦ ਹੀ ਮੰਨ ਗਿਆ 300 ਦੇ ਆ, ਉਹ 300 ਦੇ ਆ ਤੈਨੂੰ ਰਾਤ ਦੱਸਿਆ ਨੀ, ਇਹ ਰਾਤ ਲੱਗਿਆ ਵਾ 1500 ਹੋਣੀ ਦਿੰਦਾ ਮੈਨੂੰ ਲਾ ਕੇ ਦੋ, ਹੁਣ ਦੇ 1500 ਲਾ ਦਿੰਦੇ। ਗਾਲੀ ਦੇ ਸੱਟ ਵੱਜੀ ਹੱਥ ਪਹਿਲੀ ਆ ਜਾ ਮੈਂ ਝਾੜਦਾ। ਚੱਲ ਇਹਨੂੰ ਝਾੜ ਦੀਏ ਪਹਿਲਾਂ ਆਪਾਂ ਆਪਣਾ ਬੰਦਾ। ਆਪਣਾ ਰੋਪੜ ਵਾਲੇ ਮੇਨ ਹਾਈਵੇ ਤੇ ਚੜ ਕੇ ਆਹੋ ਸਿੱਧਾ ਅਨੰਦਪੁਰ ਸਾਹਿਬ ਹੋਊਗਾ ਇੱਥੋਂ, ਆਈ ਥਿੰਕ ਸੋ ਉਹ ਤਾਂ ਲਿਖਿਆ ਕੀਰਤਪੁਰ ਸਾਹਿਬ 30 ਕਿਲੋਮੀਟਰ, ਮਤਲਬ ਆਪਾਂ ਕੀਰਤਪੁਰ ਸਾਹਿਬ ਤੋਂ ਪੁਲ ਉੱਪਰ ਚੜ ਜਾਣਾ ਮਨਾਲੀ ਵਾਲਾ। ਅਤੇ ਫਿਰ ਆਵਾਜ਼ ਦੇਖੋ ਬਾਈਕ ਦੀ ਕਿਵੇਂ ਆ ਰਹੀ ਆ, ਹਜੇ ਤਾਂ ਸਟਾਕ ਹੈ ਸੱਜਣਾ, ਸਟਾਕ ਹੈ। ਜਦੋਂ ਹਾਈਵੇ 'ਤੇ ਜਾ ਕੇ ਥਰੋਟਲ ਖੋਲ੍ਹਦਾ ਨਾ ਸਵਾਦ ਤਾਂ ਉਦੋਂ ਆਉਂਦਾ, ਮਜ਼ਾ ਆ ਜਾਂਦਾ ਇੱਕ ਵਾਰ ਤਾਂ। ਕਰਦਾ ਠਾਠਾ ਡੂਮ ਝਾਲੇ ਡੂਮ ਡੂਮ, ਤੁਸੀਂ ਕੀ ਬੱਚੇ ਵਾਲੀਆਂ ਹਰਕਤ ਆ ਪਰ ਯਾਰ ਭਾਈ ਟਾਈਮ ਪਾਸ ਨਾ ਜਦੋਂ ਬੰਦਾ ਹੈਲਮਟ ਦੇ ਵਿੱਚ ਇਕੱਲਾ ਹੋਵੇ ਐਵੇਂ ਹੁੰਦਾ ਵਾ, ਜੋ ਮਨ ਚਾਹੁੰਦਾ ਮਸਤੀ ਕਰੋ ਯਾਰ, ਕਿਹੜਾ ਕਿਸੇ ਨੂੰ ਪਤਾ ਲੱਗ ਰਿਹਾ, ਆਪਦਾ ਚਿੱਲ ਮਾਰੋ ਨਾ, ਤੁਹਾਨੂੰ ਕੋਈ ਕੋਈ ਕਹਿ ਸਕਦਾ ਕਿ ਹਾਂ ਵੀ ਤੂੰ ਇੱਦਾਂ ਬੋਲਦਾ ਇੱਦਾਂ ਕਰਦਾ, ਮੇਰਾ ਮਾੜਾ ਮੈਂ ਜੋ ਮਰਜ਼ੀ ਕਰਾਂ ਆਪਾਂ ਤਾਂ ਚਿੱਲ ਕਰ ਰਹੇ ਹਾਂ। ਉਹ ਜਿਵੇਂ ਉਹ ਕਰਨਾ ਉਹਨਾਂ ਨੇ ਕਹਿੰਦਾ ਮੈਂ ਤਾਂ ਚਿੱਲ ਕਰ ਰਹਾ ਹੂੰ ਬਾਈ, ਪਰ ਮੈਂ ਅੱਜ ਨਾ ਮੈਨੂੰ ਲੱਗਦਾ ਜਿਹੜਾ ਮੇਰੇ ਮਗਰ ਦੇਵ ਬੈਠਾ ਮੇਰਾ ਸੱਜਣ ਉਹ ਮੈਂ ਤੋਂ ਅੱਜ ਸੈਡ ਪੜਵਾਊ ਆਪਦਾ। ਉਹਦਾ ਹੈਲਮਟ ਦੇ ਮੁੜੇ ਨਾ ਜਿਵੇਂ ਉਹ ਆਫ ਰੋਡ ਵਾਲੇ ਹੈਲਮਟ ਦਾ ਮੁੜਿਆ ਉੱਤੇ ਖੋਪੜਾ ਜਿਹਾ ਨਿਕਲਿਆ ਆਉਂਦਾ ਵਾ, ਜਦੋਂ ਰੁਕੂਗਾ ਦਿਖਾਊਗਾ ਉਹਦੇ ਮੁੜੇ ਆਪਣਾ ਹੈਲਮਟ ਦੇ ਨਾ ਉੱਪਰ ਸਿਰ ਜਿਹਾ ਬਣਿਆ ਹੋਇਆ, ਉਹ ਸਾਰਾ ਬਾਰ ਬਾਰ ਆਇਆ ਹੈਲਮਟ 'ਚ ਮਾਰ ਰਿਹਾ, ਗੰਦੀ ਜਿਹੀ ਸਾਊਂਡ ਨਿਕਲਦੀ ਆ, ਚੀਕ ਜੀ ਇੰਨੀ ਕਚੀਜੀ ਦੀ ਚੜ੍ਹਦੀ ਆ ਕੀ ਕਹਿਣੇ ਆ। ਮੇਰਾ ਮਨ ਹੋ ਰਿਹਾ ਗੇਅਰ ਡਾਊਨ ਮਾਰਾ ਇੱਕ ਵਾਰੀ ਢਾਠ ਰਿਹਾ ਪਵਾਉਣਾ ਮੋਟਰਸਾਈਕਲ ਦਾ, ਅਤੇ ਮਨ 'ਚ ਆਈ ਗੱਲ ਮਨ 'ਚ ਰੱਖੀ ਦੀ ਨਹੀਂ ਹੁੰਦੀ ਹੈਗੀ, ਪੂਰੀ ਕਰ ਲੈਣੀ ਚਾਹੀਦੀ ਆ। ਵੈਰੀ ਗੁੱਡ ਗੱਡੀ ਵਾਲਿਆ, ਹਾਂ ਹੋਰ ਰਾਹ ਨੇ ਜੀ ਜਾਂਦਾ 100 ਤੇ ਚੌਥਾ ਇਹ ਰਹਿੰਦਾ ਸੀ 100 ਨਾ ਉਹਨੇ ਟੱਪਿਆ, ਮੇਰੇ ਘਰਦਿਆਂ ਨੇ ਆਹ ਵੀਡੀਓ ਦੇਖ ਕੇ ਮੈਨੂੰ ਘਰੋਂ ਕੱਢ ਦੇਣਾ ਕਿ ਕਾਕਾ ਅੱਗੇ ਤੋਂ ਤੂੰ ਕਦੇ ਕਿਤੇ ਨਹੀਂ ਜਾਣਾ ਹੈਗਾ ਕਿ ਬਹੁਤ ਤੇਜ਼ ਚਲਾਉਂਦੇ ਤੇਰੇ ਮੋਟਰਸਾਈਕਲ, ਬਟ ਯਾਰ ਕੀ ਕਰੀਏ ਇਸ ਨੋਰਮਲ ਸਪੀਡ
ਸਾਹ ਸੁਣ ਦਾ ਮੈਂ ਕੰਮ ਮੰਨਦਾ ਹੀ ਨਹੀਂ, ਮਜ਼ਾ ਆਉਂਦਾ ਯਾਰ ਐਜੀ ਸਪੀਡ 'ਤੇ ਚਲਾਉਣ 'ਚ। ਐਂ ਦੇਖ ਜਿੰਨਾ ਟਾਈਮ ਆਪਣਾ ਸਿੰਗਲ ਰੋਡ ਸੀਗਾ ਧੁੰਦ ਸੀਗੀ, ਅਸੀਂ 60 ਤੋਂ ਉੱਪਰ ਨਹੀਂ ਗਏ, 40-50 ਹੁਣ ਇਹ ਰੋਡ ਆ, ਇੱਥੇ ਤਾਂ ਬੰਦਾ ਚਲਾ ਹੀ ਸਕਦਾ। ਪਰ ਜੇ ਮੈਂ ਇੱਥੇ 40-50 ਨਹੀਂ ਚਲਾਊਂਗਾ, ਮਗਰੋਂ ਜਿਹੜਾ ਉਗਲੇ ਆ ਕੇ ਵਿੱਚ ਮਾਰੂ ਕਿ ਹਾਂ ਤੂੰ ਇੰਨਾ ਹੌਲੀ ਜਾਂਦਾ। ਹੁਣ ਇਸੇ ਰੋਡ 'ਤੇ ਤਾਂ ਦਬੋਲਣਾ ਜਿੰਨਾ ਦਬੋਲਣਾ, ਮੁੜ ਕੇ ਪਹਾੜ ਆ ਜਾਣੇ 30 ਕਿਲੋਮੀਟਰ। ਅੱਜ ਜਦੋਂ ਹਾਈਵੇ ਚੜ ਗਏ ਤਾਂ ਉਹੀ 40-50 ਕਿਲੋਮੀਟਰ ਤੱਕ ਪਹਾੜ ਆ ਜਾਣੇ, ਜਦੋਂ ਪਹਾੜ ਆ ਗਏ ਫਿਰ ਬੰਦਾ ਕੀ ਕਰ ਲੂਗਾ, ਫਿਰ ਬੰਦਾ ਹੌਲੀ ਹੌਲੀ। ਬਸ ਆਵਾਜ਼ ਦੇਖੋ ਕਿਵੇਂ ਗੂੰਜਣੀ ਆ, ਜਿਵੇਂ ਸੁਪਰ ਬਾਈਕ ਨਹੀਂ ਜਾਂਦੀ ਹੁੰਦੀ ਉਵੇਂ, ਪਰ ਫੀਲਿੰਗ ਆਪਾਂ ਸੁਪਰ ਬਾਈਕ ਵਾਲੀ ਲੈ ਨਹੀਂ ਸਕਦੇ। ਉਹ ਮੈਂ 4 ਸਿਲੰਡਰ 1000 cc, ਇਹ ਵਿਚਾਰੀ ਸਿੰਗਲ ਸਿਲੰਡਰ 300 cc, ਤਰਸ ਖਾਣਾ ਪੈ ਜਾਂਦਾ। ਯੂ 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 ਆਏ ਜਿਮਣੀ ਬੱਚਾ, ਬੱਚਾ ਨਹੀਂ ਕਹਿਣਾ ਐਵੇਂ ਜਿਮਣੀ ਲਵਰ, ਹੋਰ ਕਿਤੇ ਮੈਨੂੰ ਗਾਲਾਂ ਕੱਢਣ ਲੱਗੇ ਹੁਣ। ਹਾਂ ਹਾਂ ਗੱਡੀ ਆ ਨਾ ਇੰਡੀਕੇਟਰ ਵੀ ਹੁੰਦੇ ਆ, ਇਕੱਲਾ ਮੁੜਨਾ ਹੀ ਨਹੀਂ ਹੁੰਦਾ, ਦੱਸਣਾ ਵੀ ਹੁੰਦਾ ਮੁੜਨ ਤੋਂ ਪਹਿਲਾਂ। ਠੰਡ ਲੱਗਦੀ ਆ। ਇੱਕ ਗੱਲ ਦੱਸ ਦਿੰਦਾ ਤੁਹਾਨੂੰ ਫੋਨ, ਹੁਣ ਐਡਵਾਈਸ ਮੈਂ ਤੁਹਾਨੂੰ ਇੱਕ ਐਡਵਾਈਸ ਦੇ ਦਿੰਦਾ, ਮੇਰੀ ਅੰਗਰੇਜ਼ੀ ਥੋੜ੍ਹੀ ਵਿੱਚ ਜਾਣ ਕਈ ਵਾਰ ਰੁਕ ਜਾਂਦੀ ਆ। ਐਡਵਾਈਸ ਇਹ ਆ, ਜੇਕਰ ਗਲਵਸ ਪਾਏ ਹੋਣ ਨਾ, ਕਿਉਂਕਿ ਰਾਈਡਿੰਗ ਗਲਵਸ ਨਹੀਂ ਹੈਗੇ ਬਟ ਵਾਰਮ ਆ, ਇਹ ਗਲਵਸ ਪਾ ਕੇ ਜ਼ਿਆਦਾ ਤੇਜ਼ ਨਾ ਚਲਾਵੇ ਮੋਟਰਸਾਈਕਲ, ਇਹਨਾਂ ਵਿੱਚ ਇੰਨਾ ਕੰਟਰੋਲ ਨਹੀਂ ਰਹਿੰਦਾ, ਕਾਫੀ ਮੋਟੇ ਆ, ਇੰਨਾ ਤਾਂ ਫੜਿਆ ਵੀ ਨਹੀਂ ਜਾਂਦਾ ਹੈਗਾ ਹੈਂਡਲ ਹੁੰਡਲ, ਆਪਦਾ ਉਸ ਹਿਸਾਬ ਨਾਲ ਲਿਮਿਟ 'ਚ ਚੱਲੇ ਕਿ ਕਈ ਵਾਰ ਐਮਰਜੈਂਸੀ ਬ੍ਰੇਕਿੰਗ ਕਰਨੀ ਪਵੇ ਹੋਰ ਕਿਤੇ ਨੱਪੇ ਹੀ ਨਾ ਜਾਣ। ਜਦੋਂ ਸਪੀਡਿੰਗ ਕਰਨੀ ਵੀ ਆ, ਰਾਹ ਦੇਖ ਕੇ ਕਰੋ, ਰਾਹ ਹੈਗਾ ਰਾਹ ਕਹਿੰਦਾ ਕਿ ਹਾਂ ਵੀ ਕਰ ਲਓ, ਖੁੱਲ੍ਹਾ ਡੁੱਲਾ ਹੈ ਤਾਂ ਚਲੋ। ਹੁਣ ਤੁਹਾਨੂੰ ਪਹਾੜੀ ਦਿਖਾਵਾਂਗੇ, ਅਤੇ ਉਸ ਤੋਂ ਪਹਿਲਾਂ ਮੇਰੇ ਮਨ 'ਚ ਕੁਛ ਨਾ ਆਇਆ ਤਾਂ ਜੇ ਤਾਂ ਕੋਈ ਗੱਲਬਾਤ ਆ ਗਈ ਤੁਹਾਨੂੰ ਸੁਣਾ ਦਾਂਗੇ। ਸੱਜਣਾ ਨਾਲ ਗੱਲ ਕਰਨੀ ਵੀ ਜ਼ਰੂਰੀ ਹੈ। ਹੋ ਗਈ ਬੰਦ ਨਹੀਂ, ਆਪਣਾ ਪੁੱਲ ਆ ਗਿਆ ਵਾਈਜਰ ਆ ਬੰਦ। ਪਾਪਸ ਐਂਡ ਬੈਗਸ ਯੋ ਬ੍ਰੋ, ਲੋਕ ਇੱਥੇ ਰੀਲਾਂ ਬਹੁਤ ਬਣਾਉਂਦੇ ਆ ਪੁੱਲ 'ਤੇ, ਕਹਿੰਦੇ ਉਹ ਰੀਲ ਚੱਲ ਵੀ ਜਾਂਦੀ ਹੈ। ਮੈਂ ਵੀ ਫਿਰ ਕੈਮਰਾ ਔਨ ਕਰ ਰਿਹਾ, ਮੈਂ ਕਿਹਾ ਕੀ ਪਤਾ ਮੇਰੀ ਵੀਡੀਓ ਚੱਲ ਜੇ। ਗਿਣ ਕੇ ਦੱਸਿਓ ਕਿੰਨੇ ਮਾਰੇ ਆ, ਆਪਾਂ ਗਿਣਤੀ ਨਹੀਂ ਕੀਤੀ। ਆਵਾਜ਼ ਨਾ ਤਿੱਖੀ ਜਿਹੀ ਹੋਣ ਕਰਕੇ ਨਾ ਗੂੰਜਦੀ, ਕਿ ਮੈਂ ਉਹ ਪਤਾ ਨਹੀਂ, ਮੈਂ ਹੈਲਮਟ ਪਾਇਆ ਮੈਨੂੰ ਤਾਂ ਲੱਗੀ ਜਾਂਦਾ ਕਿ ਗੂੰਜੀ ਜਾਂਦੀ ਆ। ਲਾ ਲਓ ਹਿਸਾਬ ਕਿੰਨੇ ਕੁ ਮਾਰੇ ਆ। ਚਲੋ ਮੈਂ ਤੁਹਾਨੂੰ ਇਹੀ ਸੁਣਾਉਣੇ, ਵਲੌਗ ਹੀ ਬਣਾ ਰਿਹਾ ਮੇਰੇ ਨਾਲ ਵੱਧ ਕਾਲੇ ਤੁਸੀਂ ਹੋ ਵਲੌਗ ਲਈ। ਢਾਬੇ ਦੇ ਰੁਕੇ ਆ ਰੋਇਲ, ਰੋਇਲ ਬੈਸਟ ਦੇਖ ਨਹੀਂ ਰਹੇ ਮੈਨੂੰ ਇੱਧਰੋਂ, ਰੋਇਲ ਢਾਬਾ ਰੂਮਸ ਐਂਡ ਬਾਰ 'ਤੇ ਰੁਕੇ ਹਾਂ, ਅਤੇ ਪਰੌਂਠੇ ਪਰੂੰਠੇ ਖਾਂਦੇ ਆ, ਤੁਹਾਨੂੰ ਦਿਖਾਉਂਦੇ ਹਾਂ, ਭੁੱਖ ਬਹੁਤ ਲੱਗੀ ਸੀ। ਅਤੇ ਐਕਚੁਅਲ ਦੇ ਵਿੱਚ ਨਾ ਅਸੀਂ ਇੱਦਾਂ ਹੌਟ ਸਪੌਟ ਵਾਲੀ ਰਾਈਡ ਨਹੀਂ ਸਮਝੇ, ਰਿਲੈਕਸ ਹੋ ਕੇ 50 ਕਿਲੋਮੀਟਰ ਚਲਾ ਲਈ, ਰੁਕ ਗਏ
ਨਾ ਹੁਣ ਮਜ਼ੇ ਨਾਲ ਚੱਲ ਰਿਹਾ ਨਹੀਂ ਹੈਗਾ ਕਿ ਹਾਂ ਵੀ ਇੰਨੇ ਟਾਈਮ 'ਚ ਲਾਉਣੀਆਂ ਉਹ, ਜਿਵੇਂ ਜਦੋਂ ਮਨ ਕਰ ਰਿਹਾ ਰੁਕ ਰਹੇ ਹਾਂ, ਰੁਕ ਕੇ ਮਤਲਬ ਟਾਈਮ ਪਾਸ ਕਰ ਰਿਹਾ, ਇੰਜੋਇਮੈਂਟ ਲਈ ਜਾ ਰਿਹਾ ਯਾਰ। ਸਿੱਧੀ ਜੀ ਗੱਲ ਹੈ, 3-4 ਮਹੀਨਿਆਂ ਤੋਂ ਕੋਈ ਰਾਈਡ ਨਹੀਂ ਸੀ ਕੀਤੀ, ਬਹੁਤ ਫਰਸਟ੍ਰੇਟਡ ਜਿਹਾ ਹੋਇਆ ਪਿਆ ਸੀਗਾ, ਬਹੁਤ ਗੱਲਾਂ ਸੀ ਮਾਈਂਡ 'ਚ ਸਾਰਾ, ਹੁਣ ਰਿਲੈਕਸ ਹੋ ਕੇ ਆਉਣਾ। ਦੇਖੋ ਫਿਰ ਬੈਸਟ ਘੈਂਟ ਲੱਗਦੇ ਦੋਨੋਂ ਭਰੇ ਹੋਏ ਹੋਏ, ਮਨੂ ਜੇ ਬੈਚ ਆ ਰਹੇ ਮੋਟਰਸਾਈਕਲਾਂ 'ਤੇ, ਮੇਰਾ ਫੋਨ ਆ ਰਿਹਾ। ਚਲੋ ਇਹਨੂੰ ਛੱਡੋ, ਇਹਦੀ ਗੱਲ ਕਰਦੇ ਆ, ਇੱਕ ਪਰੌਂਠਾ ਖਾਧਾ, ਇੱਕ ਚਾਹ ਪੀਤੀ ਆ। ਪਰੌਂਠਾ ਕਿਵੇਂ ਲੱਗਿਆ ਨਿਤਿਨ, ਪਰੌਂਠਾ ਕਿਵੇਂ ਲੱਗਿਆ? ਓਏ ਪਰੌਂਠਾ ਕਿਵੇਂ ਲੱਗਿਆ, ਪਰੌਂਠਾ ਕਿਵੇਂ ਲੱਗਿਆ? ਬਈ ਨੇੜਾ ਮੈਦਾ ਵਿੱਚ ਅਸੀਂ ਆਲੂ ਵਾਲੇ ਪਰੌਂਠੇ ਮੰਗਾਏ, ਆਲੂ ਤਾਂ ਸਾਨੂੰ ਲੱਭਿਆ ਨਹੀਂ, ਮੈਦਾ ਹੀ ਮੈਦਾ, ਮੈਦਾ ਹੀ ਮੈਦਾ ਸਾਡਾ ਹੈ, ਪਿਆਜ਼ ਪਿਊਜ ਕੁਛ ਨਹੀਂ ਸੀਗਾ, ਅਤੇ ਮਤਲਬ ਜਮਾਂ ਹੀ ਮੂਡ ਹੀ ਖਰਾਬ ਹੋ ਗਿਆ। ਅਸੀਂ ਕਿਹਾ ਕਿ ਹੋਰ ਨਹੀਂ ਇੱਥੋਂ ਕੋਈ ਖਾਣਾ, ਚਾਹ ਸਵਾਦ ਸੀ ਪਰ ਪਾਣੀ ਜਿਹਾ ਸੀਗਾ, ਮਤਲਬ ਟੇਸਟ ਗੁੱਡ ਸੀ ਬਟ ਜਿਵੇਂ ਆਪਾਂ ਪੀਂਦਾ ਨਾ ਦੁੱਧ ਜਿਹਾ, ਉਹ ਚੀਜ਼ ਨਹੀਂ ਸੀਗੀ, ਟੇਸਟ ਵਾਈਜ਼ ਗੁੱਡ ਸੀ। ਹੁਣ ਅੱਗੇ ਚੱਲਦੇ ਹਾਂ ਕਿਤੇ ਹਿਮਾਚਲ ਐਂਟਰ ਕਰਕੇ ਨਾ ਖਾਂਦੇ ਹਾਂ ਢਿੱਡ ਭਰ, ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਆ। ਹੈਂ ਕੀ? ਅੱਛਾ ਜੈਪਮ, ਸੋ ਸੈਡ, ਤੂੰ ਮਾਰਿਆ ਮੈਂ ਮਾਰਿਆ ਬਾਤ ਇੱਕ ਬਰਾਬਰ, ਪਰ ਤੇਰਾ ਹੈਲਮਟ ਜਲ ਹੀ ਸੀਗਾ ਖੁੱਲ ਗਿਆ। ਮੈਂ ਐ ਮਾਰਨਾ ਸੀਗਾ, ਚੱਲ ਕੋਈ ਨੀ ਹੁਣ ਤਾਂ ਵੱਜ ਗਿਆ, ਲੱਗ ਗਿਆ। ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਠੀਕ ਹੈ ਕਿ ਮਾੜਾ ਚੰਗਾ, ਪਰ ਸਾਨੂੰ ਪਰਸਨਲ ਐਕਸਪੀਰੀਅੰਸ ਬਹੁਤ ਮਾੜਾ ਵਾ, ਕਿਸੇ ਨੇ ਆ ਕੇ ਖੜਨਾ ਨਹੀਂ ਸਾਹਮਣੇ ਹਵੇਲੀ ਹੈਗੀ ਹਵੇਲੀ ਜਾ ਕੇ, ਨਾ ਨਾ ਪਰਸਨਲ ਐਕਸਪੀਰੀਅੰਸ ਦੱਸ ਰਿਹਾ ਵਾ ਕਿ ਸਾਨੂੰ ਟੇਸਟ ਵਾਈਜ਼ ਜਮਾਂ ਗੁੱਡ ਨਹੀਂ ਲੱਗਿਆ। ਅਸੀਂ ਜੇ ਕੋਈ ਰਿਕਮੈਂਡ ਨਹੀਂ ਕਰ ਸਕਦੇ ਕਿ ਹਾਂ ਬਈ ਬਹੁਤ ਸਵਾਦ ਸੀ, ਆ ਕੇ ਖਾ ਕੇ ਦੇਖਿਓ, ਮਜ਼ਾ ਨਹੀਂ ਆਇਆ ਬਈ। ਹਾਂ ਬ੍ਰੇਕ ਤਾਂ ਚੱਲ ਠੀਕ ਆ, ਚੱਲ ਆਪਾਂ ਇਹਦੀ ਗੱਲ ਛੱਡਦੇ, ਆਪਾਂ ਇਹ ਗੱਲ ਦੱਸਦੇ ਤੁਹਾਨੂੰ ਬਈ, ਉਹ ਬੰਦਾ 99 ਤੋਂ ਵਿੱਚ 10 ਮਤਲਬ 110 ਕਿਲੋਮੀਟਰ ਹੋ ਗਏ ਸਾਨੂੰ ਘਰੋਂ ਨਿਕਲਿਆ ਨੂੰ, ਉਹ ਇੰਨਾ ਸਿਆਣਾ ਬੰਦਾ, ਉਹਨੂੰ ਇਹ ਨਹੀਂ ਪਤਾ ਵੀ ਉਹਦੇ ਮਗਰਲੇ ਦੇ ਮੂਹਰਲੇ ਟਾਇਰ ਦੋਨਾਂ 'ਚ ਹਵਾ ਖਤਮ ਹੋਈ ਆ, ਪਤਾ ਨਹੀਂ ਕਿਹੜੇ ਜਿਗੜੇ ਨਾਲ ਚਲਾਈ ਜਾਂਦਾ। ਜਿਹਦਾ ਬੰਦਾ ਚਲਾਉਂਦਾ ਹੋਵੇ ਉਹਨੂੰ ਆਪ ਨੂੰ ਪਤਾ ਲਾ ਦੇਣਾ ਵੀ ਹਵਾ ਘੱਟ ਆ, ਸਾਲਾ ਮੈਪ ਹੋਣੇ ਲਾਇਆ ਮੂਹਰੇ ਮੈਨੂੰ ਕਰੀ ਜਾਂਦਾ, ਤੇ ਮੂਹਰੇ ਮੈਨੂੰ ਕਰਤਾ ਮੈਪ ਆਪ ਲਾ ਕੇ। ਹਾਂ ਚੱਲ ਅੱਗੇ ਉਹਦਾ ਪਿੱਛੇ ਹੋ ਜਾ, ਅੱਗੇ ਹੋ ਜਾ ਪਿੱਛੇ ਉਹਦੇ ਬਰਾਬਰ ਕੀ ਆ, ਚੱਲ ਸਾਹ ਬਾਹਲੇ ਸਿਆਣੇ ਬੰਦੇ ਚੱਕੀ ਫਿਰਦਾ ਸੀ, ਇੰਨੇ ਸਿਆਣੇ ਬੰਦੇ ਆ ਨਾ, ਉਹ ਮਾਂ ਗੁਰੂ ਤੁਰੂ ਨਾ ਤੇਰਾ ਇਸ਼ਕੀ ਨੇ ਬੰਦੇ ਆ ਸਾਡੇ ਕੋਲੇ। ਉਹ ਜੀ ਆ ਗਿਆ ਆਪਣਾ ਟੋਲ ਕਰੋਸ ਕਰ ਲਿਆ, ਟੋਲ ਕਰੋਸ ਕਰਨ ਤੋਂ ਬਾਅਦ ਹਿਮਾਚਲ ਐਂਟਰ ਕਰ ਚੁੱਕੇ ਹਾਂ, ਪਹਾੜ ਪਹੁੜ ਦੇਖੋ ਕੀ ਨਜ਼ਾਰੇ ਆ, ਇਹ ਹੁਣ ਤੁਹਾਨੂੰ ਹਰੇ ਹਰੇ ਪਹਾੜ ਦਿਖ ਰਹੇ ਆ, ਮਨਾਲੀ ਪਹੁੰਚ ਜਾਈਏ ਫਿਰ ਤੁਹਾਨੂੰ ਚਿੱਟੇ ਚਿੱਟੇ ਵੀ ਦਿਖਾਵਾਂਗੇ। ਓਹੋ ਹੋ ਚਿੱਟੇ 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 ਰੂੰ ਵਰ ਗਏ, ਟੋਪ ਆ ਰਹੀ ਹੈ ਯਾਰ ਇੱਧਰੋਂ, ਵੀਡੀਓ ਨਾ ਥੋੜ੍ਹੀ ਸਾਫ਼ ਜਿਹੀ ਨਹੀਂ ਬਣ ਰਹੀ, ਲੈਟ ਮੀ ਟੇਕ ਦ ਟਰਨ ਐਂਡ ਧੁੱਪ ਗੋ ਬਿਹਾਈਂਡ ਮੀ ਦੈਨ ਚੈੱਕ ਦਾ ਕਲੈਰਿਟੀ, ਚਿੱਟੀ ਚਿੱਟੀ ਵੀਡੀਓ ਆਪਣੇ ਬੰਦੇ ਭਜਾ ਕੇ ਲੈ ਗਏ ਯਾਰ, ਪਿੱਛੇ ਰਹਿ ਗਿਆ ਮੈਂ, ਓਏ ਸੱਜਣਾ ਲੰਘ ਲੈਣ ਦੇ
ਛੱਡਣਾ ਜਾ ਲੈਣ ਦੇ, ਐ ਨਾ ਕਰ ਬਲੈਰੋ। ਚਲੋ ਹੁਣ ਤੁਹਾਨੂੰ ਇਹ ਭਾਰਤ ਦਿਖਾਤੇ ਨਜ਼ਾਰਾ, ਇਹ ਤਾਂ ਜਿਵੇਂ ਵੀ ਆ ਹਿਮਾਚਲ ਆ ਕੇ ਨਾ ਇੱਕ ਅਲੱਗ ਹੀ ਵਾਈਬ ਆ, ਭਾਵੇਂ ਪਹਾੜ ਉਹਦੇ ਤੇ ਉਹਦੇ ਹੀ ਆ। ਜਦੋਂ ਬੰਦਾ ਆਪ ਆਉਂਦਾ ਨਾ, ਹਰੇਕ ਵਾਰੀ ਇਹੀ ਪਹਾੜ ਦੇਖਦੇ, ਮੈਂ ਮਨਾਲੀ ਤੀਜੀ ਚੌਥੀ ਵਾਰ ਚੱਲਿਆ ਆਊਂਗਾ, ਭਾਵੇਂ ਵੱਧ ਹੀ ਗਿਆ ਵਾ ਕੀ ਕਹਿੰਦੇ, ਹਿਮਾਚਲ ਤਾਂ ਸ਼ਿਮਲੇ ਸ਼ੁਮਲੇ ਵੀ ਜਾਂਦੇ ਰਹਿੰਦੇ ਹਾਂ, ਹੋਰ ਮਕਲੋੜਗੰਜ ਵੀ ਜਾਂਦੇ ਰਹਿੰਦੇ ਹਾਂ। ਜਦੋਂ ਵੀ ਮਤਲਬ ਕੋਈ ਪਹਾੜ ਦੇਖਦੇ ਹਾਂ ਨਾ, ਪਹਾੜਾਂ ਜਾ ਕੇ ਜਦੋਂ ਠੰਡੀ ਠੰਡੀ ਹਵਾ ਲੱਗਦੀ ਆ, ਨਜ਼ਾਰਾ ਹੀ ਵੱਖਰਾ ਹੋ ਜਾਂਦਾ ਯਾਰ, ਮਜ਼ਾ ਹੀ ਆਉਣ ਲੱਗ ਜਾਂਦਾ। ਹਿਮਾਚਲ ਬਾਰਡਰ ਆ ਚੁੱਕਿਆ ਵਾ ਅਤੇ ਇੱਥੇ ਮੇਰਾ ਟੋਲ ਹੋਊਗਾ, ਆਪਾਂ ਆਫ ਰੋਡ ਕਰਨੀ ਆ, ਮੈਂ ਤਾਂ ਤਿਆਰ ਹਾਂ ਆਫ ਰੋਡ ਕਰ ਲਈ। ਵਾਹ, ਉਹ ਲੱਗ ਗਿਆ ਮੋਟਰਾਂ ਥੱਲੇ, ਨਿਊਟਰਲ ਵੀ ਕਰ ਲਿਆ ਸੀ। ਓਏ ਨੀਵੇਂ ਨੀਵੇਂ ਮੋਟਰਸਾਈਕਲਾਂ ਦਾ ਇਹੀ ਚੱਕਰ, ਉਹ ਤਾਂ ਟੋਲ। ਵਾਹ, ਕਰ ਗਏ ਐਂਟਰ, ਵੋਲਵੋ ਗਰਮ ਗਰਮ ਹਵਾ ਮਾਰ ਰਹੀ ਆ, ਇਹਨੂੰ ਕ੍ਰੋਸ ਕਰੋ ਯਾਰ, ਪ੍ਰਦੂਸ਼ਿਤ ਕਰ ਰਹੀ ਹੈ ਸਾਨੂੰ, ਪ੍ਰਦੂਸ਼ਿਤ। ਪਰ ਇਹਨੇ ਕਰਨ ਨਹੀਂ ਦੇਣਾ, ਰਿਸ਼ਕ ਇਸ ਤੋਂ ਅੱਗੇ ਜਾ ਕੇ ਹੋਊਗਾ, ਰਿਸ਼ਕ ਹੈ ਤੋ ਇਸ਼ਕ ਹੈ। ਚਲੋ ਚੱਲਦੇ ਹਾਂ ਅੱਗੇ, ਕੋਈ ਵਧੀਆ ਨਜ਼ਾਰਾ ਦਿਖਾਉਂਦੇ ਹਾਂ। ਭੁੱਖ ਲੱਗੀ ਆ, ਪਰੌਂਠੇ ਪਰੌਂਠੇ ਖਾਂਦੇ ਹਾਂ। ਤੁਸੀਂ ਕਹੋਗੇ ਇੱਥੇ ਪਰੌਂਠੇ ਖਾਧੇ ਸੀ, ਇੱਕ ਪਰੌਂਠਾ ਖਾਧਾ ਜਿਹਦਾ ਸਵਾਦ ਨਹੀਂ ਲੱਗੇ ਤਾਂ ਜ਼ਿਆਦਾ ਖਾਧੇ ਨਹੀਂ, ਹੁਣ ਖਾਵਾਂਗੇ ਕੁਛ, ਭੁੱਖ ਲੱਗੀ ਪਈ ਆ। ਮੈਂ ਤਾਂ ਇਹ ਢਾਬਾ ਵੀ ਨਹੀਂ ਸੋਹਣਾ ਨਹੀਂ ਲੱਗ ਰਿਹਾ, ਜੇ ਸੋਹਣੇ ਦੇ ਢਾਬੇ 'ਤੇ ਰੋਕਾਂਗੇ ਜਿੱਥੇ ਫੋਟੋਆਂ ਵੀ ਸੋਹਣੀਆਂ ਸੋਹਣੀਆਂ ਹੋਣ, ਘੈਂਟ ਘੈਂਟ ਜਿਹੀਆਂ। ਮੈਂ ਇਹ ਦੱਸ ਰਿਹਾ ਕਿ ਜਦੋਂ ਵੀ ਆਪਾਂ ਹਿਮਾਚਲ ਵਗੈਰਾ ਆਉਂਦੇ ਹਾਂ ਨਾ, ਘੈਂਟ ਜਿਹਾ ਨਜ਼ਾਰਾ ਦੇਖਦੇ ਹਾਂ, ਮਤਲਬ ਉਹੀ ਪਹਾੜ ਦੇਖਦੇ ਹਾਂ ਨਾ, ਇੱਥੇ ਦੀ ਹਵਾ 'ਚ ਇੱਕ ਅਲੱਗ ਐਂ ਕਹਿ ਲਓ ਨਸ਼ਾ ਵਾ, ਕਿ ਮਜ਼ਾ ਹੀ ਆਉਣ ਲੱਗ ਜਾਂਦਾ, ਕਿ ਆ ਕੇ ਇੱਕ ਸਕੂਨ ਜਿਹਾ ਮਿਲਦਾ। ਜਦੋਂ ਬੰਦਾ ਬਾਈਕ 'ਤੇ ਆਉਂਦਾ ਵਾ ਤਾਂ ਉਹਨੂੰ ਹੋਰ ਜ਼ਿਆਦਾ ਵਧੀਆ ਫੀਲ ਆਉਂਦਾ ਵਾ, ਮੈਨੂੰ ਬੱਸ ਵਾਲੇ ਤੋਂ ਖਤਰਾ ਲੱਗ ਰਿਹਾ, ਇੱਥੋਂ ਅੱਗੇ ਹੀ ਚੱਲਦੇ ਹਾਂ, ਇਹਨਾਂ ਦਾ ਕੋਈ ਭਰੋਸਾ ਨਹੀਂ, ਇਹਨਾਂ ਦਾ ਜਾਣਾ ਕੁਛ ਨਹੀਂ, ਸਾਡਾ ਰਹਿਣਾ ਕੁਛ ਨਹੀਂ, ਸਾਨੂੰ ਤਾਂ ਖੁਰਚਣਿਆਂ ਨਾਲ ਲਾਉਣਗੇ ਮਗਰੋਂ ਲੋਕ ਫਿਰ। ਚਲੋ ਰੱਬ ਮਿਹਰ ਕਰੇ, ਇੱਦਾਂ ਦਾ ਕੁਛ ਨਾ ਹੋਵੇ, ਚੰਗਾ ਚੰਗਾ ਬੋਲੋ, ਚੰਗਾ ਚੰਗਾ ਹੋਵੇ, ਮਾੜਾ ਨਹੀਂ ਬੋਲੀ ਦਾ ਹੁੰਦਾ। ਆਰ ਫਸਟ ਟਨਲ ਐਂਡ ਆਈ ਡੋਂਟ ਨੋ ਕਿੱਦਾਂ ਦਾ ਗਾਹ ਪੈਣ ਵਾਲਾ ਹੁਣ, ਪਰ ਆਪਣੀ ਪਹਿਲੀ ਟਨਲ ਆ ਚੁੱਕੀ ਆ, ਜਾਣ ਦੇ ਆ ਜਾਓ ਯੋ ਬੁਆਏ। ਡਰਿਆ ਕਿਉਂ, ਹਿੱਲੀ ਦਾ ਨਹੀਂ ਹੁੰਦਾ, ਬਈ ਟਨਲਾਂ ਦਾ ਪਹਿਲੀ ਮੈਂ ਇਹ ਟਨਲ ਫਸਟ ਟਾਈਮ ਆਇਆ, ਪਹਿਲਾਂ ਕਦੇ ਆਇਆ ਨਹੀਂ, ਮੈਂ ਹਜੇ ਉਸੇ ਟਨਲ 'ਚ ਹੀ ਹਾਂ। ਪਰ ਮੈਂ ਇੱਕ ਗੱਲ ਦੱਸਣੀ ਸੀ ਕਿ ਇੰਨੀ ਜ਼ਿਆਦਾ ਮਿੱਟੀ ਮਿੱਟੀ ਹੋਈ ਪਈ ਆ ਨਾ ਟਨਲ 'ਚ, ਮੈਂ ਵਾਈਜ਼ਰ ਖੁੱਲ੍ਹਾ ਸੀਗਾ, ਅੱਖਾਂ ਭਰ ਗਿਆ ਮਿੱਟੀ ਨਾਲ, ਉਹ ਮਾਂ ਗੁਰਤਰੂਲਾ ਜੰਮੀ ਅੱਖਾਂ ਮਿੱਟੀ ਨਾਲ ਭਰਤੀਆਂ, ਬੁਰਾ ਹਾਲ ਹੋ ਗਿਆ, ਟਨਲ ਵੀ ਐਂਡ ਹੋ ਗਈ, ਹੋਏ ਹੋਏ ਅੱਖਾਂ 'ਚ ਹੁਣ ਮਿੱਟੀ ਰੜਕਦੇ, ਬਾਹਰ ਨਿਕਲ ਕੇ ਨਾ ਬਈ ਅੱਗੇ ਮੈਨੂੰ ਫੌਗ ਲੱਗ ਰਹੀ ਆ, ਮੈਨੂੰ ਲੱਗਦਾ ਬਾਹਰ ਨਿਕਲਿਆ ਵਿਊ ਚੇਂਜ ਹੀ ਆ,
ਉਹ ਸੀਰੀਅਸਲੀ ਮੈਂ ਚੈੱਕ ਦਾ ਵਾਈ ਬ੍ਰੋ, ਵਾਹ ਜਸਟ ਲੁਕਿੰਗ ਲਾਈਕ ਆ ਵਾਹ। ਓਏ ਠੰਡ ਕਿੰਨੀ ਹੋ ਗਈ, ਓਏ ਓਏ ਇੱਕਦਮ ਠੰਡ ਕਿੰਨੀ ਹੋ ਗਈ, ਓਏ ਠੰਡ ਕਿੰਨੀ ਹੋ ਗਈ, ਠੰਡ ਮੈਂ ਕਿਹਾ ਠੰਡ ਕਿੰਨੀ ਹੋ ਗਈ ਇੱਕਦਮ ਹੀ। ਉਹਨੂੰ ਸੁਣ ਹੀ ਨਹੀਂ ਰਿਹਾ ਬੋਲੇ ਨੂੰ, ਮੈਂ ਕਿਹਾ ਠੰਡ 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 ਹੋ ਗਈ ਨਾ ਬਈ। ਜਿਵੇਂ ਹੀ ਇੱਕਦਮ ਟਨਲ ਚੋਂ ਨਿਕਲੇ ਇੱਕਦਮ ਆਇਆ ਇੰਨੀ ਠੰਡੀ ਠੰਡੀ ਹਵਾ। ਉਹ ਉੱਧਰ ਦੇਖ, ਓਏ ਥੱਲੇ ਦੇਖ ਥੱਲੇ, ਤੁਹਾਨੂੰ ਤਾਂ ਦਿਖਣਾ ਨਹੀਂ ਹੈਗਾ, ਚਲੋ ਤੁਸੀਂ ਤਾਂ ਕੀ ਦੇਖਣਾ। ਥੱਲੇ ਬਹੁਤ ਸੋਹਣੀ ਨਹਿਰ ਆ, ਉਹੀ ਪੰਡੋਰ ਡੈਮ ਵਾਲੀ, ਤੁਹਾਨੂੰ ਅੱਗੇ ਜਾ ਕੇ ਪੰਡੋਰ ਡੈਮ ਪੂਰਾ ਦਾ ਪੂਰਾ ਦਿਖਾਵਾਂਗੇ। ਹਾਏ ਮਜ਼ਾ ਆ ਰਿਹਾ, ਪਰ ਠੰਡ ਲੱਗ ਰਹੀ ਆ ਹੁਣ। ਸਰ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ, ਮੈਂ ਨਾ ਜਿਹੜਾ ਬਕਲਾਵਾ ਹੁੰਦਾ ਵਾ ਉਹ ਮੈਂ ਉਤਾਰਤਾ ਸੀ, ਉਸ ਤੋਂ ਬਾਅਦ ਉਹਦੇ ਨਹਿਰ ਸੀ ਬਈ, ਸਾਰਾ ਕੁਛ ਚੇਂਜ ਹੀ ਹੋ ਗਿਆ। ਪਹਿਲਾਂ ਇੱਦਾਂ ਤਾਂ ਸੀਗਾ ਹੀ ਨਹੀਂ, ਕਿੰਨਾ ਬਦਲ ਗਿਆ। ਹੈਲਮਟ ਦੇ ਥੱਲੇ ਬਕਲਾਵਾ ਸੀਗਾ, ਉਹ ਮੈਂ ਉਤਾਰਤਾ, ਹੁਣ ਥੋੜ੍ਹਾ ਫੇਸ ਨੂੰ ਠੰਡ ਤਾਂ ਲੱਗ ਰਹੀ ਹੈ ਬਟ ਹੈਲਮਟ ਖੁੱਲ੍ਹਾ ਡੁੱਲਾ ਜਿਹਾ ਹੋ ਗਿਆ, ਕੰਫਰਟੇਬਲ ਹੋ ਗਿਆ। ਵਾਓ ਬ੍ਰੋ ਵਾਓ, ਵਨ ਮੋਰ ਜਸਟ ਚੈੱਕ ਦਾ ਵਿਊ, ਥੱਲੇ ਨਹਿਰ ਆ ਸੋਹਣੀ ਜੀ। ਐਕਸਾਈਟਡ ਫੋਰ ਦ ਸੈਕਿੰਡ ਟਨਲ, ਯੂ 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 ਟਨਲ ਨੰਬਰ 2। ਕੈਮਰਾ ਆਨ ਹੀ ਰਹਿੰਦਾ ਬ੍ਰੋ, ਛੋਟੀ ਜੀ ਆ, ਚੱਲ ਕੋਈ ਨਹੀਂ, ਤੁਹਾਨੂੰ ਪਤਾ ਲੱਗ ਗਿਆ ਮੈਂ ਗੇਟ ਡਾਊਨ ਮਾਰਿਆ। ਇੱਕ ਤਾਂ ਫੋਗ ਫੋਗ ਹੋਈ ਪਈ ਆ, ਮੌਸਮ ਠੰਡਾ ਠੰਡਾ ਹੋਇਆ ਪਿਆ, ਤੇ ਦੂਜਾ ਤੁਸੀਂ ਇਹ ਚੈੱਕ ਕਰੋ, ਇੱਕ ਮਿੰਟ ਕੈਮਰਾ ਸਾਫ ਕਰਾ, ਇਹ ਕੀ ਹੋ ਗਿਆ, ਥੋੜ੍ਹਾ ਧੁੰਦਲਾ ਧੁੰਦਲਾ ਤਾਂ ਦੇਖ ਰਿਹਾ, ਫੋਗ ਬਹੁਤ ਆ। ਉਹ ਆਪਣਾ ਦੂਜਾ ਮੋਟਰਸਾਈਕਲ ਖੜਾ, ਰੁਕੋ ਮੈਂ ਤੁਹਾਨੂੰ ਇਹੀ ਵੀਡੀਓ ਫੋਨ 'ਚ ਬਣਾ ਕੇ ਦਿਖਾਉਂਦਾ, ਉਹ 'ਚ ਜ਼ਿਆਦਾ ਕਲੀਅਰ ਦਿਖੂਗੀ। ਹਾਂ ਵੀ ਮੁੰਡਿਆ, ਪਹਿਲੀ ਵਾਰ ਮਨਾਲੀ ਵਾਲੇ ਆ, ਕੀ ਕਹਿੰਦਾ? ਜਸਟ ਚੈੱਕ ਦਾ ਵਾਈ ਬ੍ਰੋ, ਤੁਸੀਂ ਇਹ ਦੇਖੋ ਸਾਡੇ 'ਚ ਕੀ ਜੋਸ਼ ਆਇਆ ਹੋਇਆ, ਬਾਈਕਸ ਬੋਲਦੀਆਂ ਮੂੰਹੋਂ, ਬਹੁਤ ਘੈਂਟ ਲੱਗ ਰਿਹਾ, ਫੋਟੋ ਬਹੁਤ ਸੋਹਣੀਆਂ ਹੋ ਗਈਆਂ। ਅਤੇ ਬਈ ਇੱਥੇ ਖੜ੍ਹੇ ਸੀਗੇ, ਫੋਟੋਆਂ ਫੋਟੋਆਂ ਖਿੱਚ ਲਈਆਂ, ਵੀਡੀਓ ਬਣਾ ਰਿਹਾ, ਅਤੇ ਹੁਣ ਆਪਾਂ ਇੱਥੋਂ ਚੱਲਦੇ ਹਾਂ। ਅਕੋਰਡਿੰਗ ਟੂ ਗੂਗਲ ਮੈਪ 4 ਘੰਟੇ 21 ਮਿੰਟਾਂ 'ਚ ਅਸੀਂ ਮਨਾਲੀ ਹੋਵਾਂਗੇ, ਹਜੇ ਪਰ 10 ਵਜੇ ਆ, ਅਤੇ ਦੈਟਸ ਵਾਏ ਅਸੀਂ ਪਹਿਲਾਂ ਵੀ ਆਰਾਮ ਨਾਲ ਹੌਲੀ ਹੌਲੀ ਰੁਕਦੇ ਰੁਕਾਉਂਦੇ ਆਏ ਹਾਂ, ਅਤੇ ਹੁਣ ਵੀ ਜੰਮੂ ਹੌਲੀ ਹੌਲੀ ਰੁਕਦੇ ਰੁਕਾਉਂਦੇ ਜਾਣਾ। ਮੈਨੂੰ ਕੋਈ ਕਾਹਲੀ ਨਹੀਂ ਕਿ ਮੈਂ ਅੱਜ ਹੀ ਪਹੁੰਚਣਾ, ਅੱਜ ਹੀ ਜਾਣਾ, ਆਪਾਂ ਆਰਾਮ ਨਾਲ ਖੁੱਲ੍ਹੇ ਟਾਈਮ ਨਾਲ ਹਾਂ, ਠੀਕ ਆ, ਹੌਲੀ ਹੌਲੀ ਜਾਵਾਂਗੇ, ਹੌਲੀ ਹੌਲੀ ਆਵਾਂਗੇ, ਮਜ਼ੇ ਨਾਲ ਰੁਕਦੇ ਰੁਕਾਉਂਦੇ ਜਾਵਾਂਗੇ। ਸ਼ੋਇੰਗ ਮਾਈ ਸਪੀਡ ਕਿੰਨੀ ਦਿਖਾਊਗਾ, 65 ਧੋਖੇ ਬਾਅਦ 55, ਹਾਂ ਠੀਕ ਹੈ ਠੀਕ ਹੈ, 55, ਸੋਰੀ ਸੋਰੀ, ਯੂ ਆਰ ਵੈਰੀ ਐਕੂਰੇਟ ਬ੍ਰੋ, ਗੁੱਡ ਪਰਸਨ। ਚਲੋ ਹੁਣ ਕਿਤੇ ਫਿਰ ਘੈਂਟ ਜਿਹਾ ਵਿਊ ਲੈ ਕੇ ਤੁਹਾਡੇ ਮੂਹਰੇ ਉਹ ਹੋਵਾਂਗੇ, ਮਤਲਬ ਤੁਹਾਡੇ ਮੂਹਰੇ ਆਵਾਂਗੇ ਘੈਂਟ ਜਿਹਾ ਵਿਊ ਲੈ ਕੇ। ਕਈ ਵਾਰ ਕੁਛ ਸ਼ਬਦ ਅੜ ਜਾਂਦੇ ਹੁੰਦੇ ਆਉਂਦੇ ਆਉਂਦੇ, ਪਰ ਮਾਇੰਡ ਨਹੀਂ ਕਰੀਦਾ, ਪਰ ਠੰਡ ਲੱਗ ਰਹੀ ਹੈ ਯਾਰ। ਮੈਂ ਬਕਲਾਵਾ ਜਿਹਾ ਲਾਹ ਦੇ ਦਿੱਤਾ, ਉਹਨਾਂ ਕੰਫਰਟ ਤਾਂ ਹੋ ਗਿਆ, ਹੁਣ ਹੈਲਮਟ ਖੁੱਲ੍ਹਾ ਡੁੱਲਾ ਜਿਹਾ ਹੋ ਗਿਆ, ਬਟ ਠੰਡੀ ਠੰਡੀ ਹਵਾ ਲੱਗ ਰਹੀ ਆ, ਵਾਈਜ਼ਰ ਬੰਦ ਕਰਨ ਤੋਂ ਬਾਅਦ ਵੀ ਕੰਨਾਂ ਤੱਕ ਹਵਾ ਪਹੁੰਚ ਰਹੀ ਆ। ਓ ਮਾਈ ਗੋਡ, ਸਰੀਰ ਹੁਣ ਚਾਹ ਮੰਗ ਰਿਹਾ ਵਾ,
ਸਵੇਰ ਦੇ ਬਸ ਦੋ ਗਲਾਸ ਚਾਹ ਦੇ ਅੰਦਰ ਗਏ ਆ, ਬਾਡੀ ਚੱਲੀ ਨਹੀਂ ਆ। ਇੱਕ ਤਾਂ ਚੱਲ ਘਰੋਂ ਪੀ ਕੇ ਸੀ ਉਹ ਵਧੀਆ ਭਾਅ ਬਣਾ ਕੇ ਪੀਤਾ, ਜਿਹੜਾ ਉੱਥੇ ਹੋਟਲ ਦੇ ਪੀਤਾ ਸੀ ਉਹ ਤਾਂ ਸਾਡਾ ਪਾਣੀ ਜਿਹਾ ਹੀ ਪੀਤਾ ਸੀ, ਪਰ ਟੇਸਟ ਵਧੀਆ ਸੀਗਾ। ਜੋ ਗੱਲ ਸੱਚ ਆ ਤਾਂ ਸੱਚ ਆ, ਪਰ ਸੀਗਾ ਪਾਣੀ ਜਿਹਾ ਹੀ ਨੀਰਾ। ਲੈਟ ਸੀ ਅੱਗੇ ਕੋਈ ਵਧੀਆ ਜਿਹੇ ਢਾਬੇ 'ਤੇ ਰੁਕਦੇ ਹਾਂ, ਕੁਛ ਖਾਂਦੇ ਹਾਂ ਪੀਂਦੇ ਹਾਂ। ਭੁੱਖ ਬਹੁਤ ਲੱਗੀ ਆ, ਅੰਦਰ ਖੋਹ ਪੈ ਰਹੀ ਆ।